ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੜੀ ਦੇਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਥੈਂਕ ਯੂ ਸੋ ਮੱਚ ਕਿ ਯੂ ਨੋ ਸਾਥ ਦਿੰਦੇ ਹੋ ਹਰ ਤਰ੍ਹਾਂ ਦੇ ਸਵਾਲ ਦਾ ਬੈਠ ਕੇ। ਯੂ ਨੋ ਬੜੇ ਸਾਰੇ ਮੈਂ ਐਕਸਪੈਰੀਮੈਂਟਸ ਵੀ ਕੀਤੇ ਹੈ ਪਿਛਲੇ 10 ਸਾਲਾਂ 'ਚ ਕਿ ਯੂ ਨੋ ਅਲੱਗ ਤਰੀਕੇ ਨਾਲ ਕਰਨ ਦੇ, ਬਟ ਗੁੱਡ ਥਿੰਗ ਇਜ਼ ਕਿ ਵਿਊਅਰਸ ਹੁਣ ਨਵੀਆਂ ਚੀਜ਼ਾਂ ਸੁਜੈਸਟ ਕਰਦੇ ਨੇ। ਸੋ ਅੱਜ ਜਿਹੜੇ ਆਪਣੀ ਗੱਲ ਸ਼ੇਅਰ ਕਰ ਰਹੇ ਨੇ ਉਹ ਸਿਰਫ ਸਵਾਲ ਨਹੀਂ ਪੁੱਛ ਰਹੇ, ਉਹ ਕਹਿੰਦੇ ਨੇ ਕਿ ਮੈਂ ਬੜੀ ਮਾੜੀ ਸਿਚੁਏਸ਼ਨ 'ਚੋਂ ਨਿਕਲੀ ਹਾਂ, ਮਤਲਬ ਇੰਨਾ ਪਰੇਸ਼ਾਨ ਸੀ ਕਿ ਲੱਗਦਾ ਸੀ ਕਿ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਏਗੀ, ਇੰਨਾ ਪਰੇਸ਼ਾਨ ਸੀ, ਬਟ ਉਹਦੇ 'ਚੋਂ ਮੈਂ ਨਿਕਲ ਰਹੀ ਹਾਂ, ਨਿਕਲ ਗਈ ਹਾਂ, ਨਿਕਲ ਰਹੀ ਹਾਂ, ਬਟ ਮੈਂ ਕੰਟਰੋਲ 'ਚ ਹੈ, ਸਿਚੁਏਸ਼ਨ ਕੰਟਰੋਲ 'ਚ ਹੈ। ਬਟ ਉਹ ਚਾਹੁੰਦੇ ਨੇ ਕਿ ਉਹ ਸਾਰਿਆਂ ਨੂੰ ਵੀ ਐਜੂਕੇਟ ਵੀ ਕਰਨ ਉਸ ਚੀਜ਼ ਬਾਰੇ ਐਂਡ ਸ਼ੇਅਰ ਵੀ ਕਰਨ। ਸੋ ਇਸ ਤਰ੍ਹਾਂ ਕਰਾਂਗੇ ਕਿ ਜੋ ਉਹਨਾਂ ਦੀ ਸਿਚੁਏਸ਼ਨ ਹੈ ਉਹ ਸ਼ੇਅਰ ਕਰਦੀਆਂ, ਐਂਡ ਉਹ ਨਾਲ ਹੀ ਪਹਿਲੇ ਚਾਹੁੰਦੇ ਨੇ ਕਿ ਸਾਰੇ ਦੱਸੋ ਕਿ ਐਸੀ ਸਿਚੁਏਸ਼ਨ 'ਚ ਤੁਸੀਂ ਕੀ ਕਰਦੇ। ਸੋ ਇਨ ਅ ਵੇ ਇਟ ਇਜ਼ ਅ ਪਾਰਟ ਆਫ ਐਜੂਕੇਸ਼ਨ ਆਲਸੋ, ਕਿਉਂਕਿ ਇਹਨਾਂ ਦੇ ਹਸਬੈਂਡ ਜਿਹੜੇ ਹੈ ਉਹ ਕਹਿੰਦੇ ਨੇ ਕਿ ਕੰਪਲਸਿਵ ਲਾਇਰ ਹੈ, ਮਤਲਬ ਇੱਕਦਮ ਉਹਨਾਂ ਨੇ ਜਿਸ ਤਰ੍ਹਾਂ ਪਹਿਲੇ, ਹੁਣ ਇਹਨਾਂ ਦੇ 5 ਸਾਲ 5.5 ਸਾਲ ਹੋ ਗਏ ਨੇ ਵਿਆਹ ਨੂੰ, ਐਂਡ 3 ਸਾਲ ਵਿਆਹ ਤੋਂ ਪਹਿਲੇ ਵੀ ਇਹ ਜਾਣਦੇ ਸੀ ਆਪਸ ਵਿੱਚ। ਸੋ ਕਹਿੰਦੇ ਨੇ ਕਿ ਮਿਲੇ ਆਪਸ ਵਿੱਚ, ਕਿਸੇ ਦੇ ਥਰੂ ਮਿਲੇ, ਫਿਰ ਕਾਫੀ ਥੋੜ੍ਹੀ ਦੇਰ ਬਾਅਦ, ਕੁਝ ਮਹੀਨਿਆਂ ਬਾਅਦ ਫਿਰ ਮੁਲਾਕਾਤ ਹੋਈ। ਸੋ ਇਨ ਅ ਵੇ ਇਟ ਇਜ਼ ਅ ਲਵ ਮੈਰਿਜ, ਆਪਸ 'ਚ ਮਿਲਦੇ ਰਹੇ, ਮੁੰਡੇ ਨੂੰ ਕੁੜੀ ਬਹੁਤ ਪਸੰਦ ਆ ਗਈ, ਪਰ ਗੱਲਾਂ ਦੀ ਗੱਲ ਹੈ, ਮਤਲਬ ਜਿਹੜੀ ਬਾਕੀ ਸਾਰੀਆਂ ਚੀਜ਼ਾਂ ਤੋਂ ਹਟ ਕੇ ਅਸੀਂ ਫੋਕਸ ਇਸ 'ਤੇ ਕਰੀਏ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ। ਸੋ ਸ਼ੀ ਸੇਜ਼ ਕਿ ਮੈਨੂੰ ਪਹਿਲੇ ਤਾਂ ਇਹੀ ਲੱਗਦਾ ਰਿਹਾ ਕਿ ਮੈਂ ਪਹਿਲੇ 3 ਸਾਲ ਦੇ ਵਿੱਚ ਇਹ ਚੀਜ਼ਾਂ ਦੇਖ ਕੇ ਵੀ ਮੈਂ ਵਿਆਹ ਕਿਵੇਂ ਕਰਾ ਲਿਆ, ਕਿਉਂਕਿ ਹਸਬੈਂਡ ਨੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਕਿ ਬੜੇ ਡਿਫਰੈਂਟ ਜਿਹੇ ਝੂਠ ਬੋਲੇ, ਕਿ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਡੈਡ ਜਿਹੜੇ ਨਾ ਬਾਲੀਵੁੱਡ ਦੇ ਬਹੁਤ ਉਹਨਾਂ ਦੇ ਨਜ਼ਦੀਕੀ ਨੇ, ਸਾਰੇ ਬੰਬੇ ਦੇ ਹੈਗੇ ਆ ਉਹ, ਐਂਡ ਬਹੁਤ ਬਾਲੀਵੁੱਡ ਦੇ ਜਿਹੜੇ ਸਟਾਰਸ ਹੈ ਵੱਡੇ ਵੱਡੇ, ਉਹਨਾਂ ਦੇ ਇੰਨੇ ਜ਼ਿਆਦਾ ਨਜ਼ਦੀਕ ਸੀਗੇ ਕਿ ਉਹਨਾਂ ਦਾ ਆਪਣਾ ਬਚਪਨ, ਜਿਸ ਮੁੰਡੇ ਨੇ ਇਹ ਗੱਲ ਕੀਤੀ ਕਿ ਮੇਰਾ ਬਚਪਨ ਨਾ ਸਾਰੇ ਬਾਲੀਵੁੱਡ ਸਟਾਰਸ ਦੇ ਵਿੱਚ ਹੀ ਨਿਕਲਿਆ। ਸੋ ਕਹਿੰਦੇ ਕਿ ਕੋਈ ਜ਼ਰੂਰਤ ਨਹੀਂ ਸੀ ਇਸ ਝੂਠ ਬੋਲਣ ਦੀ, ਬਟ ਸੋਚਿਆ ਕਿ ਹੋਏਗਾ, ਬਟ ਉਹਨੂੰ ਜਾਣਦੇ ਵੀ ਸੀ ਸਾਰੇ, ਉਹਨੂੰ ਉਹਨਾਂ ਦੀਆਂ ਡਿਟੇਲਸ ਵੀ ਇੰਝ ਹੀ ਪਤਾ ਹੁੰਦੀਆਂ ਸੀ, ਜਿਵੇਂ ਕਿ ਨੈਕਸਟ ਡੋਰ ਨੇਬਰ ਹੈ, ਕਿ ਯੂ ਨੋ ਸਾਰਾ ਕੁਛ ਉਹਨਾਂ ਦੇ ਬਾਰੇ ਉਹਨੂੰ ਧਿਆਨ ਵੀ ਰਹਿਣਾ ਕਿ ਇਹਦਾ ਇਹ ਹੋ ਰਿਹਾ, ਇਹਦਾ ਇਹ ਹੋ ਰਿਹਾ। ਸੋ ਦੇਰ ਵਾਜ਼ ਨੋ ਰੀਜ਼ਨ ਕਿ ਜਿਹਦੇ 'ਚ ਉਹਨਾਂ ਨੂੰ ਲੱਗੇ ਕਿ ਇਹ ਝੂਠ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਐਸਾ ਕੁਛ ਨਹੀਂ ਸੀ, ਔਰ ਫਿਰ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਮਿਲਣਾ ਜ਼ਿਆਦਾ ਹੋ ਗਿਆ, ਦੇ ਫੈਲ ਇਨ ਲਵ, ਕਹਿੰਦੇ ਨੇ ਕਿ ਦੱਸਤਾ ਕਿ ਨਹੀਂ ਐਸਾ ਕੁਛ ਨਹੀਂ ਹੈ, ਮੈਂ ਥੋੜ੍ਹਾ ਨਾ ਗਰੁੱਪ ਦੇ ਵਿੱਚ ਜਿਹੜਾ ਰੋਬ ਪਾਉਣ ਵਾਸਤੇ ਇਹ ਚੀਜ਼ ਕਹੀ ਸੀ, ਪਰ ਇੰਜ ਨਹੀਂ ਹੈ। ਕਹਿੰਦੇ ਮੈਨੂੰ ਲੱਗਿਆ ਤਾਂ ਸੀ ਕਿ ਕੋਈ ਝੂਠ ਬੋਲਣ ਦੀ ਲੋੜ ਨਹੀਂ ਸੀ ਇਹ ਵਾਲੀ, ਔਰ ਮੈਨੂੰ ਪਹਿਲੇ ਦੱਸ ਦਿੰਦੇ ਜੇ ਸਿਰਫ ਗਰੁੱਪ ਦੇ ਵਿੱਚ ਹੀ ਦੱਸ ਰਹੇ ਸੀਗੇ, ਬਾਕੀਆਂ ਨੂੰ ਹੀ ਦੱਸ ਰਹੇ ਸੀ, ਪਰ ਫਿਰ ਇਗਨੋਰ ਹੋ ਗਈ ਗੱਲ ਕਿ ਚਲੋ ਠੀਕ ਹੈ ਮੇਰੇ। ਬਟ ਦੈਨ ਇਹਨਾਂ ਨੇ ਆਪਣੀ ਵੁੱਡ ਬੀ ਵਾਈਫ ਨੂੰ ਇਹ ਕਿਹਾ ਕਿ ਮੇਰੇ ਜਿਹੜੇ ਮਦਰ ਹੈ ਉਹ ਬਹੁਤ ਅਰਲੀ ਉਮਰ 'ਚ, ਮੇਰੀ ਮਤਲਬ ਬੜੀ ਛੋਟੀ ਛੋਟਾ ਸੀਗਾ ਮੈਂ ਜਦੋਂ ਕਿ ਉਹ ਗੁਜ਼ਰ ਗਏ, ਉਹਨਾਂ ਦੀ ਡੈਥ ਹੋ ਗਈ, ਅਤੇ ਮੈਂ ਬਹੁਤ ਮਤਲਬ ਕਸ਼ਟ ਸਿਆ ਹੈ। ਬਾਅਦ ਵਿੱਚ ਪਤਾ ਲੱਗਿਆ ਉਹ ਵੀ ਝੂਠ ਸੀ। ਸੋ ਬੜੇ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੇ ਕਹੀਆਂ, ਔਰ ਕਹਿੰਦੇ ਉਹਨਾਂ ਚੀਜ਼ਾਂ ਦੇ ਹਟ ਕੇ ਬਾਕੀ ਸਭ ਕੁਛ ਵਧੀਆ ਸੀ। ਬਹੁਤ ਹੀ ਸਮਾਰਟ, ਡੈਸ਼ਿੰਗ, ਬਹੁਤ ਮੈਗਨੈਟਿਕ ਪਰਸਨੈਲਿਟੀ, ਔਰ ਯੂ ਨੋ ਵੈਰੀ ਹੈਲਪਫੁਲ, ਕਾਇੰਡ, ਸਾਰੇ ਮਤਲਬ ਧਿਆਨ ਉਹਨਾਂ ਨੂੰ ਰਹਿਣਾ ਇਹਨਾਂ ਦਾ ਕਿ ਕਿਸ ਵੇਲੇ ਕੀ ਕਰ ਰਹੇ ਨੇ, ਕੀ ਲੋੜ ਹੈ ਇਹਨਾਂ ਨੂੰ, ਫਟ ਪਹੁੰਚ ਜਾਣਾ ਉਸ ਚੀਜ਼ ਵਾਸਤੇ। ਸੋ ਇਨ ਅ ਵੇ ਅਦਰਵਾਈਜ਼ ਇਸ ਤੋਂ ਹਟ ਕੇ ਸਾਰਾ ਕੁਛ ਬਹੁਤ ਵਧੀਆ ਸੀ। ਸੋ ਸ਼ੀ ਸੇਜ਼ ਕਿ ਸਮ ਹਾਓ ਜੋ ਵੀ ਹੈ ਮੈਂ ਗੱਲਾਂ 'ਚ ਆਉਂਦੀ ਰਹੀ ਔਰ ਮੇਰਾ ਵਿਆਹ ਹੋ ਗਿਆ। ਆਫਟਰ ਦਾ ਵੈਡਿੰਗ ਫਿਰ ਬੜੀਆਂ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਿ ਇਹਨਾਂ ਨੂੰ ਹਰ ਮੋੜ 'ਤੇ ਲੱਗੇ ਕਿ ਨਹੀਂ ਮੇਰੇ ਤੋਂ, ਮਤਲਬ ਫਰਸਟ੍ਰੇਟਿੰਗ ਸੀ ਕਿ ਮੇਰੇ ਤੋਂ ਇਹ ਨਹੀਂ ਹੋ ਰਿਹਾ। ਵਰਕ ਦੇ ਉੱਤੇ ਪਤਾ ਲੱਗਿਆ ਜੀ ਕਿ ਕਿਤੇ ਕਹਿਤਾ ਹੈ ਕਿ ਮੇਰੀ ਵਾਈਫ ਨੂੰ ਕੈਂਸਰ ਹੈ। ਸੋ ਪਤਾ ਨਹੀਂ ਸਿੰਪਥੀ ਕਰਕੇ ਜਾਂ ਕੀ, ਕਹਿੰਦੇ ਜਦੋਂ ਅਲਟੀਮੇਟਲੀ ਮੈਨੂੰ ਕਿਸੇ ਕੋਵਰਕਰ ਦਾ ਫੋਨ ਆਇਆ ਔਰ ਬਹੁਤ ਉਹ ਸਿੰਪਥ ਹੈ, ਉਹ ਗੱਲ ਵੀ ਨਾ ਕਰੇ, ਬਟ ਬੜਾ ਵੀਅਰਡ ਫੀਲਿੰਗ। ਸੋ ਅਲਟੀਮੇਟਲੀ ਜਦੋਂ ਗੱਲ ਨਿਕਲੀ ਤਾਂ ਮੈਨੂੰ ਲੱਗਿਆ ਕਿ ਸ਼ਿਟ, ਇਹਨਾਂ ਨੇ ਤਾਂ ਫਿਰ ਇਹ ਵੀ ਝੂਠ ਬੋਲਤਾ ਹੈ।
ही सेज के बाकी इस चीज तो हटके सारी लाइफ ठीक है, मेहनती ने कम कर देने, पर ये सारा चीज करके मैं जो 3 साल 3.5 साल हुए सी ते मैं बिल्कुल इस वर्ज विच सी कि मेरा ये निभना मुश्किल है, मैं डिवोर्स लेना है। बट अनफॉर्चुनेटली तां तक इन्हां दे 2 बच्चे हो चुके सी, 2 बच्चे नाल दी नाल व्याह तो बाद 2 बच्चे हो गए। ही सेज कि सो मेरे पेरेंट्स मेरे सारे ना बहुत मैनू डिसकरेज कर रहे सी कि नहीं तू इस तरह ना कर, रुक जा, बाकी सारा यू नो इन्नी मेहनत कर रहा है, प्रोवाइड करता है तैनूं, सारा कुछ ठीक है। तो ये हुण मतलब कोई ऐसी कहीं फिर मैनू नहीं पता सी कि इहदा कोई फायदा होएगा, पर मैं बहुत स्ट्रेस विच आ गई, मैं सेहत मेरी खराब हो गई, उत्थों बच्चे दोनों छोटे से। सो डॉक्टर दे नाल मेरा जिक्र मेरे गल्लां चों निकल गया कि मैं बहुत स्ट्रेस था। क्यों स्ट्रेस था? क्योंकि मेरे हस्बैंड इंज कर दे। सो शी सेज कि मैं डॉक्टर ने पछाण लिया एंड डॉक्टर ने फिर दस्या कि ये तो कंडीशन भी हो सकती है, सो तुसी उन्हां नूं लैके जाओ एंड डॉक्टर कोल दिखाया। एंड हुण मैं अगों थानू यू नो अनदर सैगमेंट विच दसदी हाँ कि वह की सजेशंस दे रहे हैं सारयां नूं, पर सब तो पहले वो थानू पूछना चाहते हैं कि कोई ऐसे एक्सपीरियंसिस जिहड़े कि असी सारे थोड़ा बहुत झूठ, मैनूं लगता कि वाइट लाइज किसी नूं किसी दी मन दी फीलिंग्स ना हर्ट हो जाण, अगर तुसी कह रहे हो कि ओह मैं बहुत कि मैं किस तरह लग रही हाँ और तुसी थानू लग भी रहा है कि नहीं कुछ जच नहीं रहा, फिर भी तुसी कहंदे हो वधिया लग रहे हो, वो एक ऐसा लाए कि हाँ जी किसी दी फीलिंग्स ना हर्ट होए। और कोई शायद ऐसा भी झूठ बोल लेंदे होण भी यू नो छोटे मोटे कि हाँ एम्बैरसिंग सिचुएशन तो बचण वास्ते या कोई इस तरह दे, सब ने कोई कदी ना कदी बोलिया है। बट ये जिहड़ी झूठ दी गल कर रहे हो हटके, ये भी इन्हां दा कहना है कि जरूर ये भी आपस विच असी जरूर गल करिए कि किस तरह हटके है, किहड़ी आम जिहड़े छोटे मोटे झूठ सारी दुनिया बोलती है, कई ये भी विश्वास करते हैं कि बोलना ही पैंदा है एंड यू नो बिल्कुल अगर जाहिरा तौर पर असी बिल्कुल ट्रुथफुल हो जाएंगे तो जिंदगी नहीं चलेगी क्योंकि सामने वाला बंदा बुरा मना जाएगा। सो उस तरह दी चीज़ा जड़ी हैं कि जस्ट एक डिप्लोमेसी दे आंसर्स एंड ऑल वो डिफरेंट चीज़ हैं, पर ये भी चाहते ने ए व्यूअर कि ये डिफरेंशिएट भी असी जरूर करिए। कोई जिहड़ा आम किसी का बच्चा किसी का भरा भैन यू नो हसबेंड पेरेंट कोई भी है जिहड़ी जिंदगी दे विच कोई लव्ड वन है जिहड़ा झूठ छोटे मोटे बोलता है और उन्होंने यू नो तंग होंदे हैं कि हर क्यों झूठ बोल रहे हो, तो वो एक हटके भी हो सकते हैं या फिर वो बहुत ज़्यादा इन्हों के हसबेंड वाकण एक मैंटल कंडीशन भी हो सकती है कंपलसिव लाइंग यू नो जिहदे रीजनस बड़े हैं, बट उन्होंने खास तौर पर फोकस करन नूं कहा है वो चीज़ा कि असी इस तरह के बंदियां नाल पेश किवें आना है, किस तरह असी अगर निभानी है तो फिर निभानी पैनी है, अगर तो फिर बेस्ट की तरीका है और किस तरह उन्होंने जिहड़े झूठ ने कटते जाण और वो ये जिंदगी थोड़ी बैटर हो जाए। सो क्योंकि कई बार उन्हों का कहना है कि उन्होंने अपने वस भी नहीं है जिस कंडीशन की वो गल कर रहे हैं, पर मैं जरूर स्वागत करती हाँ सारिया का, जरूर कॉल करके एक शेयर करो और जिहड़ा एक शेयर करता वो दोबारा भी कॉल कर सकता इन अ वे के टू शेयर के वाकई कोई ऐसा बच्चा या यू नो फ्रेंड या कोई होर गुआंढी कोई ऐसा थानू जानदा होए जिहड़ी छोटी मोटी जिहड़ियां झूठ दियां गल्लां है वो उन्हां दियां तुसीं देखदे हो और लगदा होए कि यू नो क्यों क्यों बोलिया हो इस तरह। सो जरूर पहले शेयर करो सो दैट वी डू अंडरस्टैंड कि असी अज दे शो दे विच की चीज़ एक तरह नाल कट्ठे होके डिस्कस करना चाह रहे हैं। सो डू कॉल मी, लेट मी टेक अ शॉर्ट ब्रेक एंड कम बैक। सारे का फिर स्वागत है। ब्रेक के दौरान जो मैसेजेस मैनू आए ने, 2 मैसेजेस, एक फेस पेज के उत्ते मैसेज, सिर्फ यही लगता है कि बहुत सारे बंदे इन्हां सिचुएशंस चो निकलते, नॉट नैसेसरी कि वो कंपलसिव लाइंग है, नॉट नैसेसरी कि अपने वस नहीं है और लाइंग करता है बंदा, बट झूठ, पार्टनर्स का झूठ, बच्चे का झूठ शेयर नहीं करना चाहते आपके आप आवाज़ पछाणन की डर चो। सो बट मैसेज मैं जरूर दाँगी। एक ये कह रहे ने कि
ਮੇਰੇ ਹਸਬੈਂਡ ਕਹਿੰਦੇ ਨੇ ਕਿ ਬੜਾ ਇਹ ਵੀ ਝੂਠ ਨਹੀਂ ਕਿ ਜ਼ਰੂਰੀ ਮੂੰਹ ਨਾਲ ਝੂਠ ਬੋਲਣਾ, ਪਰ ਇਹ ਵੀ ਝੂਠ ਹੈ ਜਿਹੜਾ ਕਿ ਨਾ ਦੱਸਣਾ, ਕਿ ਤੁਸੀਂ ਆ ਕੇ ਅਗਰ ਫਾਈਨੈਂਸ਼ੀਅਲ ਮੈਟਰਸ ਹੈ ਉਹ ਦੱਸੇ ਨਹੀਂ, ਔਰ ਬਾਅਦ ਵਿੱਚ ਜਦੋਂ ਪਤਾ ਲੱਗਦੇ ਹਨ ਤਾਂ ਸਿਰਫ ਇਹ ਐਕਸਕਿਊਜ਼ ਹੈ ਕਿ ਮੈਨੂੰ ਲੱਗਦਾ ਸੀ ਕਿ ਜਿੰਨਾ ਜੇ ਪਤਾ ਲੱਗੇਗਾ ਤਾਂ ਦੁੱਖ ਹੋਏਗਾ। ਸੋ ਉਹ ਕਹਿੰਦੇ ਨੇ ਕਿ ਇਹ ਵੀ ਤਾਂ ਝੂਠ ਹੈ। ਸੋ ਔਰ ਐਸਾ ਕੁਛ ਨਹੀਂ ਹੈ ਕਿ ਉਹਨਾਂ ਦੇ ਵਾਸ ਨਹੀਂ ਸੀ ਉਹ ਬੋਲਣਾ। ਸੋ ਬੜੇ ਸਾਰੇ ਐਕਸਪੀਰੀਅੰਸਿਸ ਹੈਗੇ ਔਰ ਬੜੇ ਸਾਰੇ ਬੰਦੇ, ਜ਼ਰੂਰੀ ਨਹੀਂ ਹੈ ਕਿ ਜਿਵੇਂ ਇਹ ਕਹਿ ਰਹੇ ਨੇ ਕਿ ਮੇਰਾ ਬਿਲਕੁਲ ਡਿਵੋਰਸ ਹੋਣ ਲੱਗਾ ਸੀ ਪਰ ਦੋ ਬੱਚੇ ਲੈ ਕੇ ਮੈਨੂੰ ਸਾਰਿਆਂ ਨੇ ਬਹੁਤ ਡਿਸਕਰੇਜ ਕੀਤਾ, ਫਿਰ ਮੈਂ ਕਿਹਾ ਕਿ ਮੈਂ ਦੂਸਰੇ ਪਾਸੇ ਜ਼ੋਰ ਲਾ ਲਾਂ। ਸੋ ਇਟਸ ਵਰਥ ਇਟ, ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ ਆਸਾਨ ਨਹੀਂ ਹੈਗੀ ਹੈ ਐਸਕੇਪ ਕਰਨਾ, ਦੌੜ ਜਾਣਾ ਉਸ ਸਿਚੁਏਸ਼ਨ ਤੋਂ, ਪਰ ਅਗਰ ਸਾਹਮਣਾ ਕਰਨਾ ਅੱਜ ਦੇ ਯੁੱਗ ਵਿੱਚ ਤੁਸੀਂ ਹੈਲਪ ਲੈਂਦੇ ਹੋ, ਐਕਸਪਰਟਸ ਦੀ ਲੈਂਦੇ ਹੋ ਅਤੇ ਸਲਿਊਸ਼ਨਸ ਮਿਲਦੇ ਹੈ। ਸੋ ਜਿਸ ਤਰ੍ਹਾਂ ਇਹਨਾਂ ਨੂੰ ਮਿਲੇ ਸੋ ਜ਼ਰੂਰ ਸ਼ੇਅਰ ਕਰੋ। ਸੋ ਬੜੀ ਵਾਰੀ ਇਹ ਜ਼ਰੂਰੀ ਨਹੀਂ ਹੈ ਜਿਵੇਂ ਯੂਨੋ ਇਹਨਾਂ ਨੇ ਸ਼ੇਅਰ ਕੀਤਾ ਕਿ ਆਪਣੇ ਵੱਸ ਨਾ ਵਾਲਾ ਝੂਠ ਹੈ, ਪਰ ਝੂਠ ਡੈਫੀਨੇਟਲੀ ਟਰੱਸਟ ਤੋੜ ਦੇਣਾ, ਖਾਸ ਤੌਰ 'ਤੇ ਇੰਟੀਮੇਟ ਰਿਲੇਸ਼ਨਸ਼ਿਪ ਵਿੱਚ ਜਾਂ ਲਵਡ ਵਨਸ, ਕੋਈ ਵੀ ਲਵਡ ਵਨ ਹੋਏ, ਬੱਚਾ ਵੀ ਹੈ, ਅਗਰ ਬੱਚਾ ਛੋਟਾ ਹੋਏ ਤਾਂ ਕਿਸ ਤਰ੍ਹਾਂ ਪੇਸ਼ ਆਉਣਾ ਉਹ ਅਸੀਂ ਥੋੜ੍ਹੀ ਨੈਕਸਟ ਸੈਗਮੈਂਟ ਦੇ ਵਿੱਚ ਗੱਲ ਕਰਦੇ ਹਾਂ ਡਿਟੇਲ 'ਚ, ਪਰ ਅਗਰ ਵੱਡਾ ਹੋ ਕੇ ਵੀ ਬੱਚਾ ਇੰਜ ਕਰੀ ਜਾ ਰਿਹਾ, ਮੁੰਡਾ ਕੁੜੀ ਕਰੀ ਜਾ ਰਿਹਾ, ਤਾਂ ਇੱਕ ਟਰੱਸਟ ਇਸ਼ੂ ਡੈਫੀਨੇਟਲੀ ਬਣ ਜਾਂਦਾ, ਬਿਕੋਜ਼ ਹਮੇਸ਼ਾ ਤੁਸੀਂ ਸੋਚਦੇ ਹੋ ਕਿ ਜੋ ਗੱਲ ਕਹਿ ਰਿਹਾ ਉਹ ਪਤਾ ਨਹੀਂ ਸੱਚ ਹੈ ਕਿ ਝੂਠ ਹੈ। ਸੋ ਇੱਕ ਟਰੱਸਟ ਇਸ਼ੂ ਡੈਫੀਨੇਟਲੀ ਝੂਠ ਦੇ ਨਾਲ ਕ੍ਰੀਏਟ ਹੋ ਜਾਂਦਾ, ਔਰ ਇਹ ਇੱਕ ਤਰ੍ਹਾਂ ਨਾਲ ਸਾਈਕੋਲੋਜੀਕਲ ਡਿਫੈਂਸਿਸ ਨਾਲ ਵੀ ਕ੍ਰੀਏਟ ਹੋਇਆ ਕਿ ਹਾਂ ਤੁਸੀਂ ਇੱਕ ਅੰਬੈਰਸਿੰਗ ਸਿਚੁਏਸ਼ਨ ਜਾਂ ਕਿ ਪਤਾ ਨਹੀਂ ਕੀ ਹੋਏਗਾ, ਜੇ ਮੈਂ ਠੀਕ ਦੱਸ ਦਾਂਗਾ ਤਾਂ ਪਤਾ ਨਹੀਂ ਕੀ ਹੋਏਗਾ, ਫਿਰ ਉਹ ਇਹ ਕਹਿਣਗੇ, ਫਿਰ ਇੰਝ ਹੋਏਗਾ, ਉਹਨੂੰ ਬਚਣ ਵਾਸਤੇ ਝੂਠ ਬੋਲਤਾ, ਜਦਕਿ ਪਤਾ ਹੈ ਕਿ ਇੱਕ ਝੂਠ ਦੇ ਨਾਲ ਪਤਾ ਨਹੀਂ ਕਿੰਨੇ ਹੋਰ ਬੋਲਣੇ ਪੈਣੇ। ਬਟ ਸਟਿਲ ਕਈ ਬੰਦੇ ਉਹ ਪ੍ਰੀਫਰ ਕਰਦੇ ਹਨ, ਕਿਉਂਕਿ ਕਈ ਵਾਰੀ ਇੱਕ ਇੰਗਜ਼ਾਇਟੀ ਨੂੰ ਕਵਰ ਕਰਨ ਵਾਸਤੇ, ਇੱਕ ਕੌਨਫੀਡੈਂਸ ਨਹੀਂ ਆ ਰਿਹਾ ਕਿਸੇ ਸਿਚੁਏਸ਼ਨ ਵਿੱਚ ਜਾਂ ਕਹਿਣ ਦੇ ਵਿੱਚ, ਉਹਨੂੰ ਕਵਰ ਕਰਨ ਵਾਸਤੇ ਝੂਠ ਜਿਹੜਾ ਬੋਲਦੇ ਆ, ਔਰ ਕਈ ਬੰਦੇ ਉਸਨੂੰ ਜ਼ਿਆਦਾ ਇਸਤੇਮਾਲ ਕਰਦੇ ਆ, ਔਰ ਜਿੰਨਾ ਤੁਸੀਂ ਜ਼ਿਆਦਾ ਇਸਤੇਮਾਲ ਕਰਦੇ ਹੋ ਇੰਝ ਲੱਗਦਾ ਕਿ ਉਹ ਨੋਰਮਲ ਸੀ ਵੀ ਹੋ ਜਾਂਦੀ ਹੈ ਕਿ ਫਿਰ ਕੀ ਹੋਇਆ, ਇੱਕ ਵਾਰੀ ਤਾਂ ਬੋਲਿਆ, ਇੰਝ ਤਾਂ ਕਿਹਾ ਸੀ, ਬਸ ਇਹੀ ਤਾਂ ਕਿਹਾ ਸੀ, ਬਸ ਮੈਂ ਯੂਨੋ ਆਪਣਾ ਮਨ ਉਸਨੂੰ ਐਕਸਕਿਊਜ਼ ਦੇਣ ਵਾਸਤੇ ਤਿਆਰ ਰਹਿੰਦਾ। ਸੋ ਜ਼ਰੂਰ ਤੁਸੀਂ ਕਾਲ ਕਰੋ, ਆਪਣਾ ਪਾਰਟੀਸਪੇਸ਼ਨ ਦੇ ਬਿਨਾਂ ਸਵਾਦ ਨਹੀਂ ਆਉਂਦਾ ਗੱਲ ਕਰਨ ਦੀ, ਭਾਵੇਂ ਜੋ ਮਰਜ਼ੀ ਹੋਏ, ਕਾਲ ਕਰਕੇ ਆਪਣੀ ਗੱਲ ਜ਼ਰੂਰ ਕਰੋ। ਨਹੀਂ ਹੈਗਾ ਤੁਹਾਡੀ ਜ਼ਿੰਦਗੀ 'ਚ, ਤੁਸੀਂ ਕਦੀ ਕੋਈ ਝੂਠ ਬੋਲਦੇ ਆ ਦੇਖਿਆ ਹੀ ਨਹੀਂ, ਤਾਂ ਵੀ ਕਾਲ ਕਰਕੇ ਇੱਕ ਪਤਾ ਤਾਂ ਲੱਗੇ ਕਿ ਨਾਲ ਬੈਠੇ ਹੋ, ਗੱਲ ਕਰ ਰਹੇ ਹੋ, ਬਿਕੋਜ਼ ਬੜਾ ਇੰਪੋਰਟੈਂਟ ਹੈ। ਜਿਵੇਂ ਮੈਂ ਪਹਿਲੇ ਕਿਹਾ ਕਿ ਅਸੀਂ ਐਕਸਪੈਰੀਮੈਂਟਸ ਕਰਦੇ ਹਾਂ ਇਸ ਸ਼ੋਅ ਦੇ ਉੱਤੇ, ਔਰ ਇਹ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ, ਵਾਕਈ ਜਿਸ ਤਰ੍ਹਾਂ ਦੇ ਵੱਡੇ ਵੱਡੇ ਝੂਠ ਉਹਨਾਂ ਨੇ ਬੋਲੇ, ਇਟਸ ਮਾਈ ਹਾਰਟ ਵਾਸ ਗੋਇੰਗ ਆਊਟ ਟੂ ਹਰ, ਕਿ ਕਿਸ ਤਰ੍ਹਾਂ ਬੰਦਾ ਇੱਕ ਰਿਲੇਸ਼ਨਸ਼ਿਪ 'ਚ ਰਹਿ ਸਕਦਾ ਹੈ ਔਰ ਨਾ ਨਿਕਲਣ ਜੋਗਾ ਨਾ ਰਹਿਣ ਜੋਗਾ, ਉਹ ਸਿਚੁਏਸ਼ਨ ਕੈਸੀ ਹੁੰਦੀ ਹੋਣੀ ਹੈ ਜਦੋਂ ਤੁਸੀਂ ਹਰ ਚੀਜ਼ 'ਤੇ ਤੁਸੀਂ ਕਹਿ ਰਹੇ ਹੋ ਔਰ ਕਹਿ ਰਹੇ ਹੋ ਕਿ ਕੋਈ ਮਕਸਦ ਹੀ ਨਹੀਂ ਉਸ ਚੀਜ਼ ਦਾ। ਅਗਰ ਪਹਿਲੇ ਵਿਆਹ ਤੋਂ ਪਹਿਲੇ ਬੋਲਿਆ ਕਿ ਮੇਰੀ ਮਦਰ ਬਹੁਤ ਮੇਰੇ ਛੋਟਾ ਸੀਗਾ ਤਾਂ ਦੀ ਯੂਨੋ ਡੈਥ ਹੋ ਗਈ, ਉਹ ਝੂਠ ਨਿਕਲਿਆ ਬਾਅਦ ਵਿੱਚ, ਅਤੇ ਲੱਗਿਆ ਕਿ ਕਿਉਂ, ਇੱਕ ਸਿੰਪਥੀ ਗੇਨ ਕਰਨ ਵਾਸਤੇ। ਹੁਣ ਵੀ ਉਹ ਇਹਨਾਂ ਦੇ ਹਸਬੈਂਡ ਦਾ ਕਰੈਕਟਰ ਲੱਗਦਾ ਹੈ ਕਿ ਇਹ ਸਿੰਪਥੀ ਗੇਨ ਕਰਦੇ ਆ, ਕਿਉਂਕਿ ਵਰਕ ਦੇ ਉੱਤੇ ਕਹਿਤਾ ਕਿ ਮੇਰੀ ਵਾਈਫ ਨੂੰ ਕੈਂਸਰ ਹੈ। ਹੋਰ ਵੀ ਇੱਕ ਹੋਰ ਜਿਹੜਾ ਉਹ ਸ਼ੇਅਰ ਕਰ ਰਹੇ ਹਨ, ਕਹਿੰਦੇ ਕਿ ਜਦੋਂ ਮੇਰਾ ਫਸਟ ਬੇਟਾ ਸੀਗਾ ਔਰ ਸੈਕਿੰਡ ਬੇਟਾ ਹਾਲੇ ਨਹੀਂ ਹੋਇਆ ਸੀ, ਅਤੇ 2 ਹਫ਼ਤੇ ਦੀਆਂ ਛੁੱਟੀਆਂ ਲਈਆਂ ਹੋਈਆਂ। ਮੈਂ ਕਿਹਾ ਠੀਕ ਹੈ, ਲਾਈਕ ਯੂਨੋ ਲੈ ਸਕਦੇ ਹਾਂ। ਬਾਅਦ 'ਚ ਪਤਾ ਲੱਗਿਆ ਉਹਨਾਂ ਨੇ ਕਿਹਾ ਹੈ ਕਿ ਮੇਰਾ ਨਾ ਮਿਸਕੈਰੇਜ ਹੋ ਗਿਆ ਹੈ, ਸਟਿਲ ਬਰਥ ਹੋਇਆ, ਬੜੀ ਐਡਵਾਂਸ ਦੇ ਵਿੱਚ ਪ੍ਰੈਗਨੈਂਸੀ ਟਰਮੀਨੇਟ ਹੋ ਗਈ ਹੈ ਐਂਡ ਬਹੁਤ ਬਿਮਾਰ ਹਾਂ ਇਸ ਪਿੱਛੇ, ਮਤਲਬ ਬਹੁਤ ਸੈਡ ਸਿਚੁਏਸ਼ਨ ਹੈ ਘਰ ਦੇ ਵਿੱਚ, ਕਿਉਂਕਿ ਮੈਂ ਵਾਈਫ ਦੀ ਟਰਮੀਨੇਟ ਹੋ ਗਈ ਹੈ ਪ੍ਰੈਗਨੈਂਸੀ। ਸੋ ਕਹਿੰਦੇ ਮੈਨੂੰ ਇੰਨਾ ਦੁੱਖ ਆਇਆ ਉਸ ਵੇਲੇ, ਕਿਉਂਕਿ ਜਿਸ ਪੀਰੀਅਡ ਦੀ ਗੱਲ ਹੈ ਉਸ ਵੇਲੇ ਮੈਂ ਸੱਚੀ ਮੁੱਚੀ ਪ੍ਰੈਗਨੈਂਟ ਸੀਗੀ ਸੈਕਿੰਡ ਬੇਬੀ ਨਾਲ, ਅਤੇ ਕਹਿੰਦੇ ਮੈਨੂੰ ਲੱਗਿਆ ਕਿ ਇਹਨਾਂ ਨੂੰ ਕਹਿੰਦਿਆਂ ਵੀ ਡਰ ਨਹੀਂ ਲੱਗਿਆ ਕਿ ਇਹ ਚੀਜ਼ ਮੈਂ ਕਹਿ ਰਿਹਾ ਕਿਤੇ ਬਾਏ ਚਾਂਸ ਸੱਚੀ ਨਾ ਹੋ ਜਾਏ ਇਹ ਵਾਲੀ, ਵੀ ਅਸੀਂ ਸੋਚਦੇ ਹਾਂ ਕਿ ਹਾਏ ਇੰਝ ਨਾ ਕਹੀਏ ਕਿ ਸੱਚਾ ਨਾ ਹੋ ਜਾਏ, ਕੋਈ ਇਸ ਤਰ੍ਹਾਂ ਦਾ ਝੂਠ ਨਾ ਬੋਲੀਏ, ਅਤੇ ਇਹਨਾਂ ਨੂੰ ਇੰਨਾ ਵੀ ਬੁਰਾ ਨਹੀਂ ਲੱਗਿਆ। ਸੋ ਇੰਨੀਆਂ ਜਦੋਂ ਵੈਲਿਊਜ਼ ਦੋ ਬੰਦਿਆਂ ਦੀਆਂ ਅਲੱਗ ਹੋਣ ਤਾਂ ਉਹ ਰਿਸ਼ਤਾ ਨਿਭਾਉਣਾ ਕਿੰਨਾ ਔਖਾ ਹੋ ਸਕਦਾ ਅਸੀਂ ਸਮਝ ਸਕਦੇ ਹਾਂ, ਇਟਸ ਸੋ ਡਿਫੀਕਲਟ।
ਬਟ ਫਿਰ ਵੀ ਆਈ ਵੁੱਡ ਸੇ ਹੈਟਸ ਆਫ ਟੂ ਦਿਸ ਗਰਲ ਜਿਹੜੀ ਕਿ ਟਿਕ ਕੇ ਸਬਰ ਨਾਲ ਔਰ ਹੁਣ ਉਹ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਉਹਨਾਂ ਦੇ ਡਾਕਟਰ ਨੇ ਉਹ ਕਹਿੰਦੇ ਨੇ ਕਿ ਦੈਟ ਵਾਜ ਮਾਈ ਟਰਨਿੰਗ ਪੁਆਇੰਟ ਕਿ ਮੇਰੇ ਡਾਕਟਰ ਨੇ ਕਿਹਾ ਕਿ ਇਹ ਤਾਂ ਕੰਡੀਸ਼ਨ ਹੋ ਸਕਦੀ ਹੈ ਐਂਡ ਹੀ ਕੈਨ ਗੈਟ ਹੈਲਪ ਸੋ ਕਹਿੰਦੇ ਨੇ ਕਿ ਹੈਲਪ ਤਾਂ ਮੈਂ ਲਈ ਪਰ ਕਿੰਨੀ ਕੁ ਹੈਲਪ ਲਈ ਫਿਰ ਮੈਂ ਆਪਣਾ ਬਹੁਤ ਜ਼ਿਆਦਾ ਮੈਂ ਖੁਦ ਮਿਹਨਤ ਕਰ ਰਹੀ ਹਾਂ ਆਪਣੇ ਆਪ 'ਤੇ ਉਹਨਾਂ 'ਤੇ ਔਰ ਬੜੀ ਕਾਮਲੀ ਬਿਕੋਜ਼ ਮੈਂ ਆਪਣੇ ਆਪ ਨੂੰ ਨਾ ਇੱਕ ਡਿਫਰੈਂਟ ਕਰ ਲਿਆ ਕਿ ਜੋ ਵੀ ਉਹ ਕਰ ਰਿਹਾ ਨਾ ਇਟਸ ਨੋਟ ਅਬਾਊਟ ਮੀ ਉਹ ਮੈਨੂੰ ਨਹੀਂ ਕਹਿ ਰਹੇ ਉਹ ਕਰ ਨਹੀਂ ਪਾ ਰਹੇ ਬਸ ਮੈਂ ਆਪਣੇ ਮਨ ਨੂੰ ਇਹੀ ਸਮਝਾਉਂਦੀ ਹਾਂ ਔਰ ਮੈਂ ਉਹਨਾਂ ਨੂੰ ਵੀ ਕਨਵੇ ਕੀਤਾ ਕਿ ਤੁਸੀਂ ਸ਼ਾਇਦ ਇਸ ਪਿੱਛੇ ਕਰ ਰਹੇ ਹੋ ਕਿਉਂਕਿ ਯੂ ਨੋ ਮੇ ਬੀ ਇਟ ਇਜ਼ ਅ ਤੁਹਾਨੂੰ ਆਪ ਨੂੰ ਨਹੀਂ ਤੁਹਾਡੇ ਵਾਸ ਨਹੀਂ ਹੈ ਸੋ ਉਹਦੇ ਨਾਲ ਕਹਿੰਦੇ ਬਹੁਤ ਫਰਕ ਪਿਆ ਐਟਲੀਸਟ ਬਾਰ ਬਾਰ ਜਿਹੜਾ ਆਰਗੂਮੈਂਟ ਹੋਣਾ ਜਾਂ ਕਿਸੇ ਨੂੰ ਕਹਿਣਾ ਤੂੰ ਝੂਠਾ ਹੈ ਤੂੰ ਝੂਠਾ ਹੈ ਤੂੰ ਮੰਨ ਜਾ ਤੂੰ ਝੂਠਾ ਹੈ ਜਾਂ ਫਿਰ ਯੂ ਨੋ ਸ਼ੇਮ ਦੇ ਵਿੱਚ ਲੈ ਜਾਣਾ ਗਿਲਟ ਦੇ ਵਿੱਚ ਕਿਉਂਕਿ ਜਿੰਨਾ ਜਿਹੜਾ ਕੋਈ ਝੂਠ ਬੋਲਦਾ ਉਹ ਗਿਲਟ ਨਾਲ ਹੋਰ ਝੂਠ ਬੋਲਦਾ ਕਿਉਂਕਿ ਗਿਲਟ ਨੂੰ ਕਵਰ ਕਰਨ ਵਾਸਤੇ ਜਿਵੇਂ ਮੈਂ ਪਹਿਲੇ ਕਿਹਾ ਅੰਬੈਰਸਿੰਗ ਸਿਚੁਏਸ਼ਨਸ ਨੂੰ ਕਵਰ ਕਰਨ ਵਾਸਤੇ ਔਰ ਜਿੰਨਾ ਜ਼ਿਆਦਾ ਬੋਲਦੇ ਹੋ ਤੁਸੀਂ ਹੋਰ ਪ੍ਰੋ ਹੋਈ ਜਾਂਦੇ ਹੋ ਕੋਈ ਵੀ ਚੀਜ਼ ਕਹਿੰਦੇ ਆ ਨਾ ਕਿ ਜਿਹਦੇ ਵਿੱਚ ਅੱਛੇ ਹੋ ਤੁਸੀਂ ਹੋਰ ਅੱਛੇ ਹੋਈ ਜਾਂਦੇ ਹੋ ਸੋ ਤੁਸੀਂ ਤੁਹਾਨੂੰ ਉਹ ਨੋਰਮਲ ਲੱਗਣ ਲੱਗ ਜਾਂਦਾ ਇੱਕ ਮਨ ਦਾ ਕੁਛ ਇਸ ਤਰ੍ਹਾਂ ਸਾਡਾ ਦਿਮਾਗ ਹੈਗਾ ਕਿ ਦਿਮਾਗ ਆਪਣੇ ਆਪ ਨੂੰ ਐਕਸਪਲੇਨ ਕਰਨ ਲੱਗ ਜਾਂਦਾ ਆਪਣੇ ਆਪ ਨੂੰ ਐਕਸਕਿਊਜ਼ ਦੇਣ ਲੱਗ ਜਾਂਦਾ ਕਿ ਮੈਂ ਤਾਂ ਤਾਂ ਹੀ ਕਰ ਰਿਹਾ ਬਿਕੋਜ਼ ਉਹ ਸਾਡੇ ਡਿਫੈਂਸਿਸ ਹੈ ਅਗਰ ਉਹ ਨਹੀਂ ਹੋਣਗੇ ਨਾ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਨੀਚਾ ਦਿਖਾਵਾਂਗੇ ਸੈਲਫ ਅਸਟੀਮ ਡਾਊਨ ਆਏਗੀ ਸੋ ਕਿਸੇ ਨਾ ਕਿਸੇ ਤਰ੍ਹਾਂ ਮਾਇੰਡ ਸਾਡਾ ਇਸ ਤਰ੍ਹਾਂ ਵਰਕ ਕਰਦਾ ਕਿ ਸਾਨੂੰ ਐਕਸਕਿਊਜ਼ ਦਿੰਦੇ ਰਹਿੰਦਾ ਕਿ ਮੈਂ ਨਾ ਦੂਜੇ ਨੂੰ ਦੁੱਖ ਨਹੀਂ ਦੇਣਾ ਇਸ ਪਿੱਛੇ ਕਰ ਰਿਹਾ ਮੈਂ ਬਸ ਇੰਨਾ ਕੀ ਕਰ ਰਿਹਾ ਇੰਨਾ ਤਾਂ ਕੁਛ ਫਰਕ ਨਹੀਂ ਪੈਂਦਾ ਇੰਨਾ ਤਾਂ ਯੂ ਨੋ ਜਸਟ ਇੰਨਾ ਜਿਹਾ ਹੀ ਹੈ ਸੋ ਉਹ ਐਕਸਕਿਊਜ਼ ਦਿੰਦੇ ਬੰਦਾ ਹੋਰ ਕਰੀ ਜਾਂਦਾ ਹੈ ਸੋ ਜ਼ਰੂਰ ਕਾਲ ਕਰੋ ਆਪਣਾ ਸ਼ੇਅਰ ਕਰੋ ਬਿਕੋਜ਼ ਦਿਸ ਲੇਡੀ ਆਈ ਰੀਅਲੀ ਅਪਲੋਡ ਹਰ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਆ ਕਿ ਉਹ ਸ਼ੇਅਰ ਕਰ ਰਹੇ ਹੈ ਚੀਜ਼ ਐਂਡ ਉਹਨਾਂ ਨੇ ਕੁਛ ਚੀਜ਼ਾਂ ਵੀ ਦੱਸੀਆਂ ਕਿ ਅਗਰ ਤੁਹਾਡਾ ਬੱਚਾ ਛੋਟਾ ਨੈਚੁਰਲੀ ਜਿਹਨਾਂ ਜਿਹੜੀ ਆਪ ਬੀਤੀ ਹੈ ਉਹਨਾਂ ਦੀ ਉਹਨਾਂ ਨੇ ਫਿਰ ਬੜੀ ਰਿਸਰਚ ਕੀਤੀ ਇਹਦੇ 'ਤੇ ਉਹ ਕਹਿੰਦੇ ਨੇ ਜੇ ਬੱਚਾ ਛੋਟਾ ਬੋਲੇ ਤਾਂ ਕੀ ਕਰਨਾ ਔਰ ਵੱਡਾ ਅਡਲਟ ਅਗਰ ਤੁਹਾਡੇ ਨਾਲ ਕੋਈ ਐਸਾ ਹੈਗਾ ਹੁਣ ਬੜੀ ਵਾਰੀ ਇਹ ਗੱਲ ਵੀ ਹੁੰਦੀ ਹੈ ਕਿ ਡਿਵੋਰਸ ਲੈਣਾ ਤਾਂ ਆਸਾਨ ਹੈ ਆਈ ਮੀਨ ਆਸਾਨ ਨਹੀਂ ਹੈ ਆਫਕੋਰਸ ਬਿਲਕੁਲ ਆਸਾਨ ਨਹੀਂ ਹੈ ਪਰ ਫਿਰ ਵੀ ਇੱਕ ਪੋਸੀਬਿਲਿਟੀ ਹੈ ਇੱਕ ਆਪਸ਼ਨ ਹੈ ਕਿ ਤੁਸੀਂ ਇੱਕ ਰਿਲੇਸ਼ਨਸ਼ਿਪ ਪਰ ਅਗਰ ਤੁਹਾਡਾ ਆਪਣਾ ਕੋਈ ਐਸਾ ਭੈਣ ਭਰਾ ਪੁੱਤਰ ਡਾਟਰ ਪੇਰੈਂਟ ਯੂ ਨੋ ਉਹ ਅਗਰ ਕਰ ਰਿਹਾ ਹੋਏਗਾ ਕੀ ਕਰੋਗੇ ਕਿਸ ਤਰ੍ਹਾਂ ਦਾ ਡਿਵੋਰਸ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਹੁੰਦਾ ਫਿਰ ਤਾਂ ਤੁਹਾਡੀ ਚੋਇਸ ਹੀ ਹੈ ਪਰ ਉਹਦੇ ਨਾਲ ਕਿੰਨੀ ਯੂ ਨੋ ਬੈਡ ਫੀਲਿੰਗ ਆਉਂਦੀ ਹੈ ਕਿ ਤੁਸੀਂ ਇਹ ਆਪਣੇ ਕਿਸੇ ਕਲੋਜ਼ ਬੰਦੇ ਨਾਲ ਰਿਸ਼ਤਾ ਕੱਟ ਰਹੇ ਹੋ ਸੋ ਡੈਫੀਨੇਟਲੀ ਜੋ ਇਹ ਟਿਪਸ ਦੇ ਰਹੇ ਹੈ ਜੋ ਇਹ ਰਾਏ ਦੇ ਰਹੇ ਹੈ ਫਿਰ ਜੋ ਇਹਨਾਂ ਨੇ ਜਰਨੀ ਆਪਣੀ ਦੱਸੀ ਹੈ ਉਹਦੇ ਨਾਲ ਬਹੁਤ ਸਾਰਾ ਫਾਇਦਾ ਹੋਏਗਾ ਔਰ ਸਾਰੇ ਉਹਦੇ ਨਾਲ ਵੀ ਕੈਨ ਆਲ ਯੂ ਨੋ ਬੈਨੀਫਿਟ ਸੋ ਡੈਫੀਨੇਟਲੀ ਪਲੀਜ਼ ਡੂ ਕਾਲ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਹੀ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਮਨੀ ਬੋਲ ਰਹੇ ਹਾਂ ਹਾਂਜੀ ਮਨੀ ਜੀ ਸਵਾਗਤ ਹੈ ਦੱਸੋ ਐਕਚੁਅਲੀ ਝੂਠ ਤੇ ਗੱਲ ਹੋ ਰਹੀ ਹੈ ਝੂਠ ਲਈ ਦੇ ਤੇ ਕਾਫੀ ਕਾਰਨ ਹੁੰਦੇ ਨੇ ਮੇਨਲੀ ਫੀਅਰ ਹੁੰਦਾ ਜਾਂ ਫਿਰ ਕਈ ਵਾਰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਬੋਲਦੇ ਨੇ ਲੋਕ ਜਾਂ ਫਿਰ ਜਸਟ ਇੱਦਾਂ ਹੀ ਜਿੱਦਾਂ ਫੋਰ ਦ ਥ੍ਰਿਲ ਆਫ ਇਟ ਕਿ ਜਿੱਦਾਂ ਹੈ ਤੁਸੀਂ ਦੇ ਰਹੇ ਹੋ ਐਗਜ਼ਾਮਪਲ ਕਿ ਕੋਈ ਖਾਸ ਕਾਰਨ ਨਹੀਂ ਹੈ ਬਸ ਇੱਦਾਂ ਹੀ ਆਪਣੇ ਫਰੈਂਡਸ ਵਿੱਚ ਸ਼ਾਨ ਬਣਾ ਲਏ ਹਾਂਜੀ ਸਿੰਪਥੀ ਗੇਨ ਸਿੰਪਥੀ ਗੇਨ ਵੀ ਤੁਹਾਨੂੰ ਕੀ ਲੱਗਦਾ ਮਨੀ ਜੀ ਸਾਰਿਆਂ ਦੇ ਫੀਅਰ ਵਗੈਰਾ ਸਾਡੇ ਸਾਰੇ ਹਿਊਮਨ ਨੇਚਰ 'ਚ ਚੀਜ਼ਾਂ ਇਮੋਸ਼ਨਸ ਕਾਮਨ ਨੇ ਪਰ ਕੁਝ ਬੰਦੇ ਜ਼ਿਆਦਾ ਔਰ ਕੁਝ ਘੱਟ ਕਿਉਂ ਬੋਲਦੇ ਨੇ ਉਹੀ ਹੈ ਥੋੜੀ ਮੈਚੋਰਿਟੀ ਘੱਟ ਹੁੰਦੀ ਹੈ ਉਹ ਜ਼ਿਆਦਾ ਬੋਲਦੇ ਨੇ ਉਹ ਜ਼ਿਆਦਾ ਮੈਚੋਰ ਹੁੰਦੇ ਉਹ ਘੱਟ ਬੋਲਦੇ ਹੈ ਸਮਝਦੇ ਹੈ ਸਾਰਾ ਕੁਝ ਨਾ ਬੇਸਡ ਸਮਝ ਹੁੰਦੇ ਹੋਏ ਵੀ ਕਈ ਲੋਕ ਬੋਲਦੇ ਨੇ ਪਤਾ ਹੁੰਦਾ ਕਿ ਇੱਕ ਝੂਠ ਨੂੰ ਯਾਦ ਰੱਖਣਾ ਪਏਗਾ ਕਿ ਕੀ ਝੂਠ ਬੋਲਿਆ ਸੀ ਸਹੀ ਹੈ ਕਿੰਨਾ ਤੁਹਾਨੂੰ ਬਿਲਕੁਲ ਬਿਲਕੁਲ
ਯੂ ਸੋ ਰਾਈਟ ਬੋਲਦੇ ਆ ਕਿ ਚੂਟ ਨਾ ਬੋਲੋ, ਚੂਟ ਇਟ ਵਿਲ ਬੀ ਸਟੈਪ ਫॉर ਯੂ। ਹਾਂ ਆਨ ਯੋਰ ਮਾਈਂਡ। ਯੂ ਸੋ ਰਾਈਟ ਕਿ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਸੱਚ ਬੋਲੋ ਤੇ ਤੁਹਾਨੂੰ ਕੁਝ ਨਹੀਂ ਯਾਦ ਰੱਖਣਾ, ਜੋ ਹੋਇਆ ਸੋ ਹੋਇਆ। ਹਾਂ ਤਾਂ ਹੀ ਮੈਨੂੰ ਇਦਾਂ ਹੀ ਬੋਲਣ ਦੀ ਆਦਤ ਹੈ, ਕਿ ਸੋਚ ਕੇ ਬੋਲਣ ਦੀ ਆਦਤ ਨਹੀਂ ਹੈ। ਕੁਝ ਵੀ ਬੋਲ ਦਿੰਦੀ ਹੈ ਕਈ ਵਾਰ, ਤੇ ਕਿਉਂਕਿ ਇੰਨਾ ਕਦੇ ਸਟੈਪ ਲਿਆ ਹੀ ਨਹੀਂ, ਜ਼ਿਆਦਾ ਝੂਠ ਬੋਲਣ ਵਾਲੇ ਨੂੰ ਬਹੁਤ ਜ਼ਿਆਦਾ ਅਲਰਟ ਹੋ ਕੇ ਵੀ ਬੋਲਣਾ ਪੈਂਦਾ ਹੈ ਕਿ ਮੈਂ ਇਹਨੇ ਕੀ ਬੋਲਿਆ, ਉਹਨੇ ਕੀ ਬੋਲਿਆ। ਜੀ ਚਲੋ, ਇਹ ਤਾਂ ਹੋਰ ਗੱਲ ਹੈ। ਇੱਕ ਹੁੰਦਾ ਕਿ ਸੱਚ ਵੀ ਇੰਨਾ ਵੈਸੇ ਬਲੰਟ ਨਹੀਂ ਬੋਲਣਾ ਚਾਹੀਦਾ। ਸੱਚ ਦੀ ਵੀ ਮੈਂ ਕਿਤੇ ਡੈਫੀਨੇਸ਼ਨ ਪੜ੍ਹੀ ਸੀ, ਸੱਚ ਹੁੰਦਾ ਕਿ ਉਹ ਪਲੈਜੈਂਟ ਹੋਣਾ ਚਾਹੀਦਾ ਹੈ ਤੇ ਬਰੀਫ ਵੀ ਹੋਣਾ ਚਾਹੀਦਾ ਹੈ। ਇਹ ਵੀ ਨਹੀਂ ਕਿ ਤੁਸੀਂ ਅਗਰ ਰਾਈਟ ਹੋ, ਸੱਚੇ ਹੋ ਤੇ ਬੋਲੇ ਪੈ ਜਾਓ ਦੂਸਰੇ ਦੇ, ਕਿ ਉਹ ਵੀ ਕਹਿੰਦੇ ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਬੈਨੀਫਿਸ਼ੀਅਲ ਹੋਣਾ ਚਾਹੀਦਾ ਹੈ। ਸੱਚ ਉਹੀ ਹੁੰਦਾ ਜੋ ਬੈਨੀਫਿਸ਼ੀਅਲ ਹੋਏ ਤੇ ਬਰੀਫ ਵੀ ਹੋਏ ਤੇ ਪਲੈਜੈਂਟ ਵੀ ਹੋਣਾ ਚਾਹੀਦਾ ਹੈ। ਤਿੰਨ ਕੈਰੇਕਟਰਿਸਟਿਕਸ ਹੁੰਦੀਆਂ ਨੇ, ਮੈਂ ਕਿਤੇ ਪੜ੍ਹਿਆ ਸੀ ਸੱਚ ਦੇ ਵੀ। ਸੋ ਤੁਹਾਨੂੰ ਕੀ ਲੱਗਦਾ ਹੈ ਹਾਊ ਟੂ ਡੀਲ ਵਿਦ ਸਮਵਨ, ਅਗਰ ਤੁਹਾਡਾ ਕੋਈ ਇੰਟੀਮੇਟ ਕੋਈ ਲਵਡ ਵਨ ਬੋਲਦਾ ਹੈ ਤੇ ਕਿਸ ਤਰ੍ਹਾਂ ਡੀਲ ਕਰੇ ਬੰਦਾ? ਤੁਸੀਂ ਸੁਣੀ ਹੈ ਸਿਚੁਏਸ਼ਨ ਜਿਹੜੀ ਇਹਨਾਂ ਦੀ ਹੈ ਰਹੀ ਹੈ। ਇੱਕ ਚੀਜ਼ ਇੰਪੋਰਟੈਂਟ ਹੁੰਦੀ ਹੈ ਕਿ ਕਿਸੇ ਨੂੰ ਸੁਧਾਰਨਾ ਨਾ ਬਹੁਤ ਮੁਸ਼ਕਿਲ ਹੈ, ਮਤਲਬ ਅਨਲੈਸ ਬੰਦਾ ਆਪ ਕਹੇ ਕਿ ਮੈਂ ਸੁਧਾਰਨਾ ਚਾਹੁੰਦਾ, ਫਿਰ ਉਹਦੀ ਹੈਲਪ ਕਰ ਸਕਦੇ ਹਾਂ ਜੀ। ਕਿਉਂਕਿ ਸੁਧਾਰਨ ਦੀ ਪ੍ਰੋਸੈਸ ਬਹੁਤ ਲੰਬੀ ਹੁੰਦੀ ਹੈ, ਇਸ ਲਈ ਜਦੋਂ ਜਦੋਂ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਹੈ ਨਾ ਤਾਂ ਕਾਫੀ ਟਾਈਮ ਲੱਗਦਾ ਹੈ। ਅਗਰ ਤੁਸੀਂ ਕੋਈ ਵੀ ਤੁਹਾਡੀ ਕੁਆਲਿਟੀ ਹੈ ਤੁਹਾਨੂੰ ਲੱਗਦਾ ਹੈ ਗਲਤ ਹੈ, ਇਟਸ ਅ ਵੈਰੀ ਲੌਂਗ ਪ੍ਰੋਸੈਸ। ਜੋ ਲੋਕ ਆਪਣੇ ਆਪ ਨੂੰ ਸੁਧਾਰਦੇ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਬਹੁਤ ਲੰਬੀ ਪ੍ਰੋਸੈਸ ਹੈ, ਤੇ ਫਿਰ ਯੂ ਡੋਨਟ ਐਕਸਪੈਕਟ ਐਨੀਵਨ ਟੂ ਚੇਂਜ ਓਵਰਨਾਈਟ ਕਿ ਅੱਜ ਚੇਂਜ ਹੋ ਜਾਏਗਾ। ਉਹਨੂੰ ਪਤਾ ਨਹੀਂ ਲੱਗ ਗਿਆ, ਜਿੱਦਾਂ ਹੁਣ ਕਈ ਗੱਲਾਂ ਅਸੀਂ ਦੱਸ ਦਿੰਦੇ ਦੂਸਰੇ ਨੂੰ, ਬਈ ਇਹਦਾ ਨਾ ਇਹ ਨੁਕਸਾਨ ਹੈ, ਇਹਦਾ ਮਤਲਬ ਇਹ ਨਹੀਂ ਕਿ ਅਗਲੇ ਦਿਨ ਠੀਕ ਹੋ ਜਾਏਗਾ, ਇਟ ਇਜ਼ ਅ ਲੌਂਗ ਪ੍ਰੋਸੈਸ। ਥੈਂਕ ਯੂ ਸੋ ਮਚ ਮਨੀ ਜੀ। ਹੋਰ ਵੀ ਕੁਛ ਧਿਆਨ ਆਏ ਜ਼ਰੂਰ ਯੂਨੋ ਦੱਸੋ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸੁਦਰਸ਼ਨ ਜੀ ਕਿੱਥੇ ਚਲੇ ਗਏ? ਸੋ ਪਲੀਜ਼ ਫੋਨ ਦੇ ਉੱਤੇ ਧਿਆਨ ਦਿਓ, ਟੀਵੀ ਦੇ ਉੱਤੋਂ ਬਿਲਕੁਲ ਯੂਨੋ ਆਈ ਕੈਨ ਸਟਿਲ ਹੀਅਰ ਟੀਵੀ, ਸੋ ਟੀਵੀ ਤੋਂ ਹਟ ਜਾਓ। ਸੁਦਰਸ਼ਨ ਜੀ ਪਲੀਜ਼ ਦੁਬਾਰਾ ਕਾਲ ਕਰੋ, ਤੁਹਾਡੀ ਕਾਲ ਲੱਗ ਕੇ ਵੀ ਥੋੜਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਹਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ ਤੁਸੀਂ? ਮੈਂ ਬਹੁਤ ਸੰਤਾਪ ਹੋ ਗਿਆ ਜੀ, ਇਦਾਂ ਦਾ ਮੇਰਾ ਇੱਕ ਦੋਸਤ ਸੀਗਾ ਕਾਲਜ ਦੇ ਵਿੱਚ। ਅੱਛਾ ਜੀ। ਉਹ ਬਹੁਤ ਝੂਠ ਬੋਲਦਾ ਸੀ, ਇਦਾਂ ਹੀ ਮਤਲਬ ਉਹਦਾ ਇੱਕ ਤਰੀਕਾ ਇੰਨਾ ਅਲੱਗ ਹੁੰਦਾ ਸੀ ਝੂਠ ਬੋਲਣ ਦਾ ਕਿ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ। ਉਹ ਇਸ ਤਰੀਕੇ ਨਾਲ ਝੂਠ ਬੋਲਦਾ ਸੀ ਜੀ ਜੀ ਜੀ, ਔਰ ਉਹ ਬਹੁਤ ਚੱਕਰ ਚ ਫਸਾ ਦਿੰਦਾ ਸੀ। ਮੇਰਾ ਦੋਸਤ ਸੀਗਾ, ਪਰ ਉਹ ਕਹਿੰਦੇ ਆ ਨਾ ਵੀ ਸੀ ਤਾਂ ਉਹ ਕਮੀਨਾ, ਪਰ ਰੌਣਕ ਵੀ ਉਹਦੇ ਨਾਲ ਹੀ ਸੀ। ਮਤਲਬ ਇੱਦਾਂ ਹੋ ਜਾਂਦੀ ਨਾ ਕਿਸੇ ਨਾਲ ਕਈ ਵਾਰ, ਹਾਂ ਇਹ ਪਰਸਨੈਲਿਟੀਜ਼ ਇਸ ਤਰ੍ਹਾਂ ਹੋ ਜਾਂਦੀਆਂ, ਛੱਡ ਵੀ ਨਹੀਂ ਸਕਦੇ, ਤੇ ਉਹ ਬੰਦਾ ਵੀ ਕਮੀਨਾ ਆ। ਸੋ ਮੈਂ ਤੇ ਉਹਦੇ ਲਈ ਇਹੀ ਲਫ਼ਜ਼ ਵਰਤਾਂਗਾ, ਉਹਨੇ ਮੇਰੀ ਜ਼ਿੰਦਗੀ ਤੇ ਬਹੁਤ ਖਲਲ ਪਾਇਆ। ਵੈਸੇ ਅੱਛਾ, ਉਹ ਇੱਦਾਂ ਕਰਦਾ ਸੀ ਕਿ ਜਿੱਦਾਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਤੁਹਾਨੂੰ ਦਿੰਦਾ। ਇੱਕ ਤਿੰਨ ਅਸੀਂ ਦੋਸਤ ਹੁੰਦੇ ਸੀ, ਇੱਕ ਉਹ ਉਹਨੂੰ ਅਸੀਂ ਉਹਦਾ ਨਾਂ ਸੀ ਰਜਿੰਦਰ, ਅਸੀਂ ਉਹਨੂੰ ਸਪੈਰੋ ਕਹਿੰਦੇ ਸੀ, ਪੂਰੇ ਕਾਲਜ ਵਿੱਚ ਉਹ ਸਪੈਰੋ ਦੇ ਨਾਂ ਨਾਲ ਮਸ਼ਹੂਰ ਸੀ। ਤੇ ਇੱਕ ਮੇਰਾ ਹੋਰ ਦੋਸਤ ਸੀ, ਤਿੰਨੋਂ ਅਸੀਂ ਇਕੱਠੇ ਰਹਿੰਦੇ ਸੀ, ਤੇ ਉਹਨੇ ਮੇਰੇ ਪਿੰਡ ਆਉਣਾ ਔਰ ਉਹ ਦੋਸਤ ਨੂੰ ਨਾਲ ਲੈਣਾ, ਉਹਨੂੰ ਕਹਿਣਾ ਤੂੰ ਉਹਨੂੰ ਕਹਿ ਗੁਰਦੀਪ ਨੂੰ, ਮੇਰੀ ਕਿਸੇ ਨਾਲ ਲੱਗਦੀ ਸੀ ਪਿੰਡ ਦੇ ਵਿੱਚ ਜਦੋਂ ਕਾਲਜ ਲਾਈਫ ਦੇ ਵਿੱਚ। ਤੇ ਉਹਨੇ ਕਹਿਣਾ ਬਈ ਤੂੰ ਜਾ ਕੇ ਉਹਨੂੰ ਕਹਿ ਬਈ ਉਹ ਫਲਾਣੇ ਚੌਂਕ ਤੇ ਨਾ ਤੈਨੂੰ ਤੇਰੇ ਦੋਸਤ ਕੋਈ ਮਿਲਣਾ ਚਾਹੁੰਦੇ ਆ, ਤੇਰੇ ਕੋਈ ਜਾਣਕਾਰ। ਉਹ ਮੁੰਡੇ ਨੇ ਮੇਰੇ ਕੋਲ ਆਇਆ ਤੇ ਉਹਨੇ ਮੈਨੂੰ ਘਰ ਆ ਕੇ ਦਰਵਾਜ਼ਾ ਖਟਕਟਾਇਆ ਤੇ ਕਹਿੰਦਾ ਤੈਨੂੰ ਉਹ ਚੌਰਾਹੇ ਤੇ ਸੱਦਿਆ, ਉਹ
ਉੱਥੇ ਤੇਰੇ ਕੋਈ ਦੋਸਤ ਆਇਆ ਮਿਲਣਾ ਚਾਹੁੰਦੇ, ਉਹੀ ਮੇਰਾ ਦੋਸਤ ਆ ਕੇ ਬੋਲਿਆ। ਉਹਨੇ ਸਪੈਰੋ ਨੇ ਹੀ ਉਹਨੂੰ ਕਿਹਾ ਸੀ ਵੀ ਏਦਾਂ ਕਹਿ ਕੇ ਆ, ਤੇ 15 ਮਿੰਟ ਬਾਅਦ ਹੀ ਆਪ ਆ ਗਿਆ ਜਿਸਲੇ ਉਹ ਮੈਨੂੰ ਏਦਾਂ ਕਿਹਾ ਉਹਨੇ। ਮੈਂ ਕਿਹਾ ਮੈਂ ਹੁਣੇ ਹੀ ਆਇਆ, ਤੇ 10-15 ਮਿੰਟ ਬਾਅਦ ਆ ਕੇ ਕਹਿੰਦਾ ਨਹੀਂ ਉਹ ਤੈਨੂੰ ਕੁੱਟਣ ਆਏ ਆ, ਤੇਰੀ ਉਹਨਾਂ ਲੱਗਦੀ ਆ, ਤੇ ਉਹ ਹੈਗੇ 5-7 ਬੰਦੇ, ਤੂੰ ਜਾਈ ਨਾ। ਮਤਲਬ ਜਸਟ ਬਨਾਵਟੀ, ਕੋਈ ਚੱਕਰ ਨੀ, ਕੋਈ ਲੈਣਾ ਨੀ ਦੇਣਾ ਨੀ, ਉਹਨੂੰ ਇੰਨਾ ਸਿਰਫ ਪਤਾ ਸੀ ਐਜ ਏ ਦੋਸਤ ਵੀ ਮੇਰੀ ਉਹਨਾਂ ਨਾਲ ਲੱਗਦੀ ਆ। ਤੇ ਉਹ ਉਹਦੇ ਵਿੱਚ ਮੈਂ ਇਹ ਫਿਰ ਬਾਅਦ ਵਿੱਚ ਬਹੁਤ ਦੇਰ ਬਾਅਦ ਅਕਲ ਆਈ ਮੈਨੂੰ, ਮੈਨੂੰ ਸਮਝ ਆ ਵੀ ਆਪਣੇ ਆਪ ਨੂੰ ਪ੍ਰੂਵ ਕਰਨਾ ਚਾਹੁੰਦਾ ਸੀ ਕਿ ਮੈਂ ਤੇਰਾ ਦੋਸਤ ਵਧੀਆ ਆ, ਇਹ ਘਟੀਆ ਆ ਉਹਨੂੰ ਬੁਰਾ ਬਣਾਉਣ ਦੇ ਲਈ। ਸੋ ਕਈ ਵਾਰੀ ਇਹ ਇਹ ਤੁਸੀਂ ਉਹ ਇੰਨਾ ਜ਼ਿਆਦਾ ਝੂਠ ਇਸ ਤਰੀਕੇ ਨਾਲ ਬੋਲਦਾ ਸੀ ਕਿ ਤੁਸੀਂ ਯੂ ਕੈਨ ਨੋਟ ਜੱਜ। ਮੈਂ ਤੇ ਇਹ ਸਮਝਦਾ ਕਿ ਇਹੋ ਜਿਹੇ ਬੰਦਿਆਂ ਦੀ ਇੱਕ ਆਦਤ ਤੋਂ ਬੇਵੱਸ ਹੁੰਦੇ ਆ, ਉਹਨਾਂ ਨੂੰ ਤੁਸੀਂ ਔਖਾ ਆ ਬਹੁਤ। ਉਹਨੇ ਉਹ ਇੰਨਾ ਝੂਠ ਬੋਲਦਾ ਸੀ ਕਿ ਉਹ ਤੁਸੀਂ ਤੁਹਾਡੇ ਤੁਹਾਨੂੰ ਭੰਬਲ ਭੂਸੇ ਤੇ ਮੈਨੂੰ ਪਾ ਰੱਖਦਾ ਸੀ। ਕਦੇ ਕਹਿਣਾ ਮੈਂ ਤੈਨੂੰ ਪਿਸਤੌਲ ਲਿਆ ਦਿੰਦਾ, ਤੂੰ ਉਹਨਾਂ ਨੂੰ ਗੋਲੀ ਮਾਰ ਦੇ, ਬਾਅਦ ਚ ਕਦੇ ਕਹਿਣਾ ਮੈਂ ਤੈਨੂੰ ਮੈਂ ਹੈਲਪ ਕਰਦਾ। ਉਹਨੇ ਇੱਕ ਦੋ ਵਾਰੀ ਮੇਰੀ ਹੈਲਪ ਵੀ ਕੀਤੀ ਉਹਨਾਂ ਮੁੰਡਿਆਂ ਨੂੰ ਕੁੱਟਣ ਦੇ ਵਿੱਚ, ਤੇ ਹੈਲਪ ਕਰਕੇ ਫਿਰ ਉਹ ਉਹਨਾਂ ਕੋਲ ਹੀ ਦੁਬਾਰਾ ਜਾ ਕੇ ਕਹਿਤਾ ਮੇਰੇ ਕੋਲ ਏਦਾਂ ਹੋ ਗਿਆ, ਏਦਾਂ ਬਨਾਵਟੀ ਕਹਾਣੀ ਬਣਾ ਕੇ ਕਹਿੰਦਾ ਤੂੰ ਨਾ ਇਹਦੇ ਗੁਰਦੀਪ ਦੇ ਵਿਰੁੱਧ ਪਰਚਾ ਕਰਾ ਦੇ। ਮਤਲਬ ਡੇਂਜਰਸ ਹੈ ਇਹੋ ਜੀ ਦੋਸਤੀ ਵੀ, ਇਹਨਾਂ ਬੰਦਿਆਂ ਨਾਲ ਦੋਸਤੀ ਡੇਂਜਰਸ ਹੈ। ਉਹਨਾਂ ਨਾਲ ਦੋਸਤੀ ਕਰਕੇ ਪਰਚਾ ਵੀ ਕਰਾ ਲੈਣਾ ਮੇਰੇ ਤੇ, ਉਧਰੋਂ ਉਹਨਾਂ ਮੇਰੇ ਵੱਲ ਵੀ ਸੱਚਾ ਬਣ ਜਾਣਾ, ਮੇਰੇ ਨਾਲ ਹੋ ਕੇ ਉਹਨਾਂ ਨੂੰ ਕੁੱਟ ਵੀ ਦੇਣਾ, ਬਾਅਦ ਚ ਉਹਨਾਂ ਬੰਦਿਆਂ ਪਾਰਟੀ ਕੋਲ ਜਾ ਕੇ ਪਰਚਾ ਕਰਾ ਦੇਣਾ। ਏਦਾਂ ਦੇ ਕੰਮ ਕਰਕੇ ਉਹਨੇ ਮੇਰੀ ਲਾਈਫ ਨੂੰ ਅਪਸੈਟ ਬਹੁਤ ਕੀਤਾ। ਪਰ ਮੈਨੂੰ ਪਤਾ ਲੱਗ ਗਿਆ ਕਿ ਉਹਨੂੰ ਕਿਸੇ ਨੇ ਗੋਲੀ ਨਾ ਮਾਰ ਦਿੱਤਾ, ਕਿਉਂਕਿ ਉਹ ਪੂਰੇ ਪਿੰਡ ਨੂੰ ਅਪਸੈਟ ਰੱਖ ਦੇਣਾ। ਇਹ ਆਦਤਾਂ ਹੁੰਦੀਆਂ, ਉਹਨੂੰ ਬੰਦੇ ਨੂੰ ਮਾਰ ਦਿੱਤਾ, ਔਰ ਰਜਿੰਦਰ ਸਪੈਰੋ ਨੂੰ ਮਾਰਤਾ ਲੋਕਾਂ ਨੇ, ਦੁਖੀ ਸੀ ਲੋਕ ਉਹਦੇ ਕੋਲੋਂ। ਉਹ ਪੈਰ ਪੈਰ ਤੇ ਲੋਕਾਂ ਦੀਆਂ ਕੁੰਡੀਆਂ ਫਸਾਉਂਦਾ ਹੁੰਦਾ ਸੀ, ਪਤਾ ਨੀ ਲੱਗਣ ਦਿੰਦਾ ਸੀ ਵੀ ਇੰਨਾ ਜ਼ਬਰਦਸਤ ਝੂਠ ਬੋਲ ਰਿਹਾ। ਵੈਰੀ ਅਨਫੋਰਚੂਨੇਟ, ਯਾ ਟ੍ਰਿਕ ਸੀਗਾ। ਇਹ ਬਾਕੀ ਕੁੜੀ ਸਟ੍ਰੈਸ 'ਚ ਆ, ਪਰ ਇਹਨਾਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਾਂ ਕਿ ਉਹਨਾਂ ਰਿਸ਼ਤਿਆਂ ਨੂੰ ਸੰਭਾਲਣਾ ਜ਼ਰੂਰੀ ਹੈ, ਜਿਨ੍ਹਾਂ ਦੇ ਬਿਨਾ ਗੁਜ਼ਾਰਾ ਨਹੀਂ। ਸੋ ਆਪਣੇ ਆਪ ਨੂੰ ਹੌਸਲਾ ਦੇਣ, ਮੈਂ ਉਹਦੇ ਚੀਜ਼ ਭੁਗਤੀ ਆ ਉਹ ਬੰਦੇ ਦੇ ਨਾਲ, ਤੁਹਾਡੀ ਲਾਈਫ ਬਰਬਾਦ ਕਰ ਦਿੰਦੇ ਇਹੋ ਜਿਹੇ ਲੋਕ ਤੁਹਾਡੀ, ਯਾਨੀ ਤੁਸੀਂ ਬਹੁਤ ਸ਼ਸ਼ੋਪਨ ਚ ਪੈ ਰਹਿੰਦੇ ਆ ਜੀ। ਯਾਰ ਅਸਲੀਅਤ ਕੀ ਆ ਪਤਾ ਹੀ ਨਹੀਂ ਲੱਗਦਾ, ਨਹੀਂ ਪਤਾ ਲੱਗਦਾ। ਸੋ ਆਈ ਆਈ ਕੈਨ ਇਮੇਜਿਨ, ਉਹ ਮੈਂ ਉਹਦੀ ਉਹਦੀ ਲੇਡੀ ਦੀ ਭਾਵਨਾ ਨੂੰ ਸਮਝ ਰਿਹਾ, ਚਾਹੇ ਹੋਰ ਕੋਈ ਨਾ ਸਮਝੇ, ਪਰ ਮੈਂ ਉਸ ਤਕਲੀਫ ਚੋਂ ਨਿਕਲਿਆ ਹਾਂ। ਥੈਂਕ ਯੂ ਸੋ ਮਚ ਗੁਰਦੀਪ ਜੀ, ਰੀਅਲੀ ਐਪਰੀਸ਼ੀਏਟ ਕਿ ਤੁਸੀਂ ਯੂ نو ਸ਼ੇਅਰ ਕੀਤੀ ਆਪਣੀ। ਪਰ ਉਹੀ ਕਿ ਜਿਸ ਤਰ੍ਹਾਂ ਫਿਰ ਵੀ ਯੂ نو ਇਹ ਹੋਰ ਵੀ ਮੇਰਾ ਧਿਆਨ ਜਾਂਦਾ ਹੈ ਕਿ ਇਹੋ ਜਿਹੇ ਬੰਦੇ ਵਾਕਈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਾ ਕਿ ਯਾ ਹੀਰੋ ਸਾਬਿਤ ਕਰ ਰਿਹਾ ਆਪਣੇ ਆਪ ਨੂੰ ਸਿਚੁਏਸ਼ਨ ਦੇ ਵਿੱਚ ਕਿ ਮੈਂ ਯੂ نو ਹੀਰੋ ਹਾਂ, ਜਾਂ ਫਿਰ ਵਿਕਟਮ ਕਿ ਸਿੰਪਥੀ ਲੈ ਰਹੇ ਹਾਂ, ਵਿਕਟਮ ਹਾਂ ਮੈਂ, ਮੇਰੇ ਨਾਲ ਇੰਝ ਹੋ ਗਿਆ, ਮੇਰੇ ਨਾਲ ਇੰਝ ਹੋ ਗਿਆ। ਸੋ ਇਹ ਬੜਾ ਆਪਣਾ ਹੀ ਇਹਨਾਂ ਦੇ ਸਾਈਕੋਲੋਜੀਕਲ ਰੀਜ਼ਨਿੰਗ ਔਰ ਐਕਸਪਲੇਨੇਸ਼ਨਸ ਚਲੀ ਜਾਂਦੀਆਂ। ਪਰ ਇਹਨਾਂ ਦੀ ਗੱਲ ਸੁਣ ਕੇ ਗੁਰਦੀਪ ਜੀ ਦੀ ਹੋਰ ਵੀ ਲੱਗਦਾ ਕਿ ਇਹਨਾਂ ਦਾ ਤਾਂ ਫਿਰ ਵੀ ਚਲੋ ਦੋਸਤ ਸੀਗਾ, ਕਿਤੇ ਰਹਿਣਾ ਹੈ, ਕਿੱਥੇ ਹੋਣਾ ਹੈ, ਪਰ ਨਾਲ ਇਸ ਤਰ੍ਹਾਂ ਰਹਿਣਾ ਕਿੰਨਾ ਔਖਾ ਹੋ ਸਕਦਾ ਹੈ। ਸੋ ਲੈਂਦੇ ਹਾਂ ਇੱਕ ਬ੍ਰੇਕ, ਹੋਰ ਵੀ ਕਾਲਸ ਲੈਂਦੇ ਹਾਂ, ਪਰ ਤੁਸੀਂ ਨਾਲ ਹੀ ਇਹਨਾਂ ਨੇ ਬੜੀਆਂ ਸਾਰੀਆਂ ਚੀਜ਼ਾਂ ਸੁਜੈਸਟ ਕੀਤੀਆਂ ਕਿ ਵਾਕਈ ਅਗਰ ਨਿਭਾਉਣਾ ਪੈਂਦਾ ਤਾਂ ਕਿਸ ਤਰ੍ਹਾਂ ਤੁਸੀਂ ਕੀ ਚੀਜ਼ਾਂ ਇਹਨਾਂ ਨੇ ਕੀਤੀਆਂ ਜਿਹਦੇ ਨਾਲ ਉਹ ਘੱਟ ਗਿਆ, ਅੰਡਰ ਕੰਟਰੋਲ ਹੋ ਗਿਆ, ਉਹਨਾਂ ਦਾ ਝੂਠ ਵੀ ਘੱਟ ਗਿਆ ਅਤੇ ਇਹਨਾਂ ਨੂੰ ਜਿਹੜਾ ਉਹਦਾ ਅਸਰ ਹੋਣਾ ਉਹ ਵੀ ਘੱਟ ਗਿਆ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਵੈਲਕਮ ਬੈਕ, ਲੈਟਸ ਸੀ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਮੇਰੀ ਤੇ ਲਾਈਨ ਹੀ ਕੱਟ ਗਈ ਅੱਜ। ਹਾਂਜੀ ਸੁਦਰਸ਼ਨ ਜੀ, ਦੱਸੋ ਕੀ ਕਹਿੰਦੇ ਹੋ। ਹਾਂ, ਮੈਂ ਅਰਵਿੰਦ ਜੀ ਪੂਰੀ ਤਰ੍ਹਾਂ ਸੌਰੀ, ਪੂਰੀ ਤਰ੍ਹਾਂ ਸੁਣ ਨਹੀਂ ਪਾਈ, ਕਿਤੇ ਗਈ ਹੋਈ ਸੀਗੀ ਮੈਂ, ਲੇਟ ਆਈ। ਓਕੇ, ਕੁਝ ਕੁਝ ਮੇਰੇ ਸਮਝ 'ਚ ਆਈ ਹੈ ਗੱਲ ਕਿ ਹਸਬੈਂਡ ਝੂਠ ਬੋਲਦਾ। ਹਾਂਜੀ, ਬਹੁਤ ਝੂਠ ਬੋਲਦੇ ਨੇ, ਤੇ ਇਹ ਇਸ ਵੇਲੇ ਐਕਚੁਅਲੀ ਐਜੂਕੇਸ਼ਨਲ ਵੇ ਨਾਲ ਸ਼ੇਅਰ ਕਰ ਰਹੇ ਨੇ, ਇਹ ਬਹੁਤ ਔਖੇ ਰਹੇ ਨੇ। ਬਟ ਹੁਣ ਕੋਈ ਐਕਸਪੀਰੀਅੰਸ ਹੈ ਜਿਹੜੇ ਬੰਦੇ ਝੂਠ ਬੋਲਦੇ ਆ ਉਹਨਾਂ ਨਾਲ, ਤੇ ਤੁਸੀਂ ਸ਼ੇਅਰ ਕਰ ਸਕਦੇ ਹੋ? ਸਿੰਸ ਠੀਕ ਹੈ, ਠੀਕ ਹੈ, ਅਗਰ ਉਹ ਬਹੁਤ ਅੱਛਾ ਤਰੀ ਹੈਂਡਲ ਕਰ ਰਹੀ ਹੈ। ਹਾਂਜੀ, ਇਸ ਤਰ੍ਹਾਂ ਵੀ ਕਰ ਰਹੇ ਨੇ, ਔਰ ਐਸਾ ਹੀ ਕਰਨਾ ਚਾਹੀਦਾ, ਝੂਠੇ ਨੂੰ ਝੂਠਾ ਕਹਿੰਦਾ ਰਹੋ ਤੇ ਹੋਰ ਝੂਠ ਬੋਲੇਗਾ। ਐਬਸੋਲੂਟਲੀ, ਵੈਰੀ ਗੁੱਡ ਆਈਡੀਆ, ਮੇਰੇ ਖਿਆਲ ਬਹੁਤ ਵਧੀਆ ਤੁਸੀਂ ਇਹੀ ਗੱਲ ਕੀਤੀ ਹੈ, ਔਰ ਇਹੀ ਉਹ ਸੁਜੈਸਟ ਕਰ ਰਹੇ ਹੈ ਕਿ ਉਹਨਾਂ ਨੇ ਜੋ ਕਰਨਾ ਸ਼ੁਰੂ ਕੀਤਾ ਉਹ ਇਹੀ ਕਹਿੰਦੇ ਕਿ ਇੱਕ ਤਾਂ ਡਾਕਟਰ ਨਾਲ ਸਲਾਹ ਕੀਤੀ, ਜਦੋਂ ਮੈਂ ਇਹ ਦਿਮਾਗ 'ਚ ਆਇਆ ਕਿ ਇਹਦੇ ਵੱਸ ਨਹੀਂ ਹੈਗੀ, ਤੇ ਮੈਂ ਉਹਨੂੰ ਵੀ ਕਿਹਾ ਕਿ ਤੇਰੇ ਵੱਸ ਨਹੀਂ ਹੈ, ਤੇ ਉਹ ਸ਼ੇਮਿੰਗ ਖਤਮ ਹੋ ਗਈ।
ਖਤਮ ਹੋ ਗਈ, ਬਿਲਕੁਲ ਖਤਮ ਸੋ ਹੋ ਗਈ। ਗਿਲਟ ਵਿੱਚ ਪਾਣਾ ਕਿ ਤੂੰ ਪਹਿਲੇ ਮਨ ਤੇ ਝੂਠ ਬੋਲਿਆ ਕਿਉਂ, ਕੋਈ ਨਹੀਂ, ਉਹ ਇਵਨ ਅਸੀਂ ਸਾਰਾ ਬੱਚੇ ਵੀ ਜਿਸ ਤਰ੍ਹਾਂ ਸਾਡੇ ਝੂਠ ਬੋਲਦੇ ਨੇ ਨਾ, ਰਾਈਟ, ਤੁਸੀਂ ਥੋੜਾ ਜਿਹਾ ਟਾਲ ਜਾਓ ਹਾਂ, ਉਹਦੇ ਬਾਅਦ ਉਹਨੂੰ ਕਹੋ ਕਿ ਝੂਠ ਬੋਲਣਾ ਠੀਕ ਨਹੀਂ ਹੈ ਬੇਟੇ, ਤੋਂ ਅਗਰ ਸੱਚੀ ਦੱਸ ਦਿੰਦਾ ਤੇ ਫਿਰ ਬੜੀ ਅੱਛੀ ਗੱਲ ਹੈ, ਆਦਤ ਪੈ ਜਾਂਦੀ ਹੈ ਜੀ, ਬਿਲਕੁਲ ਇੰਨੀ ਆਦਤ ਪੈ ਜਾਂਦੀ ਕਿ ਤੁਹਾਡਾ ਦਿਮਾਗ ਇਤਨਾ ਹਲਕਾ ਹੋ ਜਾਂਦਾ, ਚੈਨ ਦੀ ਨੀਂਦ ਸੌਂਦੇ ਹੋ, ਉਹ ਧੀਰੇ ਧੀਰੇ ਕਾਮਯਾਬ ਹੋ ਜਾਣਗੇ ਅਗਰ ਉਹਨਾਂ ਨੇ ਇਹ ਤਰੀਕਾ ਅਪਣਾਇਆ, ਬਹੁਤ ਉਸਨੂੰ ਉਹਨੂੰ ਦਿਲਾਣ ਨਾ, ਯਾਦ ਨਾ ਦਿਲਾਣ ਕਿ ਤੂੰ ਝੂਠ ਹੈ। ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਸੋ ਧਿਆਨ ਨਾਲ ਸੁਣਦੇ ਹਾਂ ਜਿਹੜੇ ਇਹ ਪੁਆਇੰਟ ਸਾਨੂੰ ਲਿਖ ਕੇ ਦੇ ਰਹੇ ਨੇ, ਕਹਿ ਰਹੇ ਨੇ ਕਿ ਇੱਕ ਤਾਂ ਆਪਣਾ ਜਿਹੜਾ ਆਪਾ ਹੈ ਨਾ ਉਹ ਨਹੀਂ ਖੋਣਾ, ਟੈਂਪਰ ਨਹੀਂ ਲੂਜ਼ ਕਰਨਾ, ਜਦੋਂ ਵੀ ਅਸੀਂ ਟੈਂਪਰ ਲੂਜ਼ ਕਰਦੇ ਹਾਂ ਸੋ ਉਹਦੇ ਵਾਸਤੇ ਮਨੀ ਜੀ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਕੰਮ ਆਉਣਗੀਆਂ, ਕਿਉਂਕਿ ਇਹ ਨਹੀਂ ਹੈ ਕਿ ਇਹਨਾਂ ਨੇ ਓਵਰਨਾਈਟ ਆਪਣਾ ਟੈਂਪਰ 'ਤੇ ਕੰਟਰੋਲ ਕਰ ਲਿਆ, ਇਟ ਇਜ਼ ਅ ਪ੍ਰੋਸੈਸ, ਬਟ ਉਹ ਖੁਦ 'ਤੇ ਕੰਟਰੋਲ ਕਰਨਾ, ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਟਾਈਮ ਲੱਗਣਾ, ਜ਼ਰੂਰੀ ਇਹ ਕਿ ਤੁਹਾਡਾ ਪਰਸੈਪਸ਼ਨ, ਨਜ਼ਰੀਆ ਬਦਲ ਗਿਆ। ਕਹਿੰਦੇ ਜਦੋਂ ਮੇਰਾ ਇਹ ਬਦਲ ਗਿਆ ਨਾ ਕਿ ਇਹ ਆਪ ਹੀ ਇੱਕ ਤਰ੍ਹਾਂ ਨਾਲ ਮੈਂ ਇਸ ਚੀਜ਼ ਨੂੰ ਬਿਮਾਰੀ ਵਾਕਣ ਲਿਆ, ਅਤੇ ਮੈਂ ਕਿਹਾ ਮੇਰਾ ਸਪੋਰਟ ਕਰਨਾ ਬਣਦਾ, ਐਂਡ ਜਿਵੇਂ ਹੀ ਕਹਿੰਦੇ ਮੈਂ ਸਪੋਰਟ ਕਰਨਾ ਸ਼ੁਰੂ ਕੀਤਾ, ਮੈਂ ਰਿਜ਼ਲਟਸ ਬੈਟਰ ਦੇਖਣੇ ਸ਼ੁਰੂ ਕਰਤੇ। ਸੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹਨਾਂ ਨੂੰ ਆਪਣਾ ਟੈਂਪਰ ਨਹੀਂ ਲੂਜ਼ ਕਰਨਾ, ਐਂਡ ਰਿਮੈਂਬਰ ਇਟਸ ਨੋਟ ਅਬਾਊਟ ਯੂ, ਗੁੱਸਾ ਤਾਂ ਆਉਂਦਾ ਜਦੋਂ ਲੱਗਦਾ ਕਿ ਹਾਏ ਮੇਰੇ ਨਾਲ ਇਹਨੇ ਕਿਵੇਂ ਕੀਤਾ, ਸਾਡੀ ਵੀ ਈਗੋ ਸੈਂਸਿਟਿਵ ਹੁੰਦੀ ਹੈ, ਸਾਨੂੰ ਲੱਗਦਾ ਕਿ ਬਾਕੀ ਸਾਰੇ ਦੁਨੀਆ ਨਾਲ ਜੋ ਮਰਜ਼ੀ ਕਰੇ, ਬਟ ਇਹਦਾ ਇਹ ਹੱਕ ਨਹੀਂ ਬਣਦਾ ਕਿ ਮੇਰੇ ਨਾਲ ਇੰਝ ਕਰੇ। ਸੋ ਉਹ ਚੀਜ਼ ਨੂੰ ਅਗਰ ਪਾਸੇ ਕਰ ਦਿਓ ਕਿ ਇਟਸ ਨੋਟ ਅਬਾਊਟ ਯੂ, ਉਹ ਤੁਹਾਡੇ ਨਾਲ ਨਹੀਂ ਬੋਲ ਰਹੇ, ਉਹ ਆਪਣਾ ਹੀ ਕੋਈ ਪ੍ਰੋਸੈਸ ਹੈਗਾ ਜਿਹੜਾ, ਜਾਂ ਡਿਫੈਂਸ ਹੈਗਾ ਜਿਹੜਾ, ਜਾਂ ਐਂਗਜ਼ਾਇਟੀ ਨੂੰ ਕਵਰ ਅਪ ਕਰ ਰਿਹਾ ਹੈ, ਕਦੀ ਕਦੀ ਡਿਪਰੈਸ਼ਨ ਨੂੰ ਕਵਰ ਅਪ ਕਰ ਰਿਹਾ ਹੈ, ਜਿਹੜੀ ਬਹੁਤ ਪਰਸਨੈਲਿਟੀ, ਜਿਵੇਂ ਗੁਰਦੀਪ ਜੀ ਨੇ ਵੀ ਕਿਹਾ ਨਾ ਕਿ ਰੌਣਕੀ ਹੈ, ਸਾਰਾ ਕੁਛ ਹੈ, ਅੰਦਰੋਂ ਲੋਨਲੀ ਹੁੰਦੇ ਹੈ, ਅੰਦਰੋਂ ਲੋਨਲੀ ਹੁੰਦੇ, ਉਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ, ਔਰ ਉਹਨੂੰ ਮਾਸਕ ਕਰਨ ਵਾਸਤੇ ਉਹ ਸਟੋਰੀਜ਼ ਘੜੀ ਜਾਂਦੇ ਹੈ। ਸੋ ਉਹ ਜਦੋਂ ਇਹ ਧਿਆਨ ਵਿੱਚ ਆ ਜਾਏ ਕਿ ਨਾ ਇਹ ਆਪ, ਮਤਲਬ ਡਰਾਮਾ ਜਿਹੜਾ ਹੈ ਨਾ, ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਹੋ ਰਿਹਾ, ਅਤੇ ਇੱਕਦਮ ਪਰਸੈਪਸ਼ਨ ਬਦਲਦੀ ਹੈ, ਫਿਰ ਗੁੱਸਾ ਨਹੀਂ ਆਉਂਦਾ, ਇਹਨਾਂ ਦਾ ਕਹਿਣਾ, ਐਂਡ ਇਟਸ ਅ ਵੈਰੀ ਵੈਰੀ ਵੈਲਿਡ ਥਿੰਗ, ਔਰ ਮੈਨੂੰ ਲੱਗਦਾ ਕਿ ਇਹ ਚੀਜ਼ ਸਿਰਫ ਇਸੇ 'ਚ ਕੰਮ ਨਹੀਂ ਆਏਗੀ, ਤੁਹਾਡੇ ਸਾਰਿਆਂ ਦੇ ਵੈਸੇ ਵੀ ਕੰਮ ਆਏਗੀ, ਕੋਈ ਵੀ ਰਿਲੇਸ਼ਨਸ਼ਿਪਸ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਕਿ ਇਟਸ ਨੋਟ ਅਬਾਊਟ ਮੀ, ਮੇਰੀ ਈਗੋ ਕਿਉਂ ਸੈਂਸਿਟਿਵ ਹੋਈ ਹੋਈ ਹੈ, ਮੇਰੀ ਈਗੋ 'ਤੇ ਕਿਉਂ ਟੱਚ ਹੋ ਰਿਹਾ, ਅਤੇ ਗੁੱਸਾ ਨਹੀਂ ਆਏਗਾ ਫਿਰ। ਐਂਡ ਦੈਨ ਇਹ ਕਹਿ ਰਹੇ ਹਾਂ ਕਿ ਇਸ ਜਿਵੇਂ ਅਸੀਂ ਪਹਿਲੇ ਕਿਹਾ ਕਿ ਕਦੀ ਐਂਗਜ਼ਾਇਟੀ, ਕਦੀ ਡਿਪਰੈਸ਼ਨ, ਕਦੀ ਸੈਲਫ ਅਸਟੀਮ, ਇਹ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰਨ ਵਾਸਤੇ ਇਹ ਚੀਜ਼ਾਂ ਹੁੰਦੀਆਂ। ਸੋ ਬੀ ਸਪੋਰਟਿਵ, ਕਹਿੰਦੇ ਨੇ ਸਪੋਰਟ ਇਸ ਤਰ੍ਹਾਂ ਕਰਨਾ ਕਿ ਤੁਸੀਂ ਕਹੋ ਕਿ ਤੁਸੀਂ ਅਗਰ ਇੰਪਰੈਸ ਕਰ ਰਹੇ ਨੇ ਕਿ ਮੈਂ ਪਹਿਲਾਂ ਹੀ ਇੰਪਰੈਸਡ ਹਾਂ ਤੁਹਾਡੇ ਤੋਂ, ਤੁਹਾਨੂੰ ਮੈਨੂੰ ਇੰਪਰੈਸ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹਨਾਂ ਦੀ ਸਿਚੁਏਸ਼ਨ 'ਚ ਇਹ ਸੀ ਕਿ ਪਹਿਲੇ ਇਹ ਇੱਕ ਤਰ੍ਹਾਂ ਨਾਲ ਇੰਪਰੈਸ ਕਰਦੇ ਨੇ ਬਿਫੋਰ ਮੈਰਿਜ ਨਾ, ਤਾਂ ਕਦੀ ਵਿਕਟਮ ਬਣ ਕੇ ਅਤੇ ਕਦੀ ਹੀਰੋ ਬਣ ਕੇ। ਸੋ ਕਹਿੰਦੇ ਕਿ ਪਹਿਲੇ ਹੀ ਉਹਨਾਂ ਨੂੰ ਕਹੋ ਕਿ ਮੈਨੂੰ ਲੋੜ ਨਹੀਂ ਹੈ। ਦੂਜਾ, ਜਦੋਂ ਤੁਹਾਨੂੰ ਦਿਖਦਾ ਹੈ, ਜਦੋਂ ਤੁਸੀਂ ਲਵਡ ਵਨ ਹੋਏ ਨਾ, ਪਤਾ ਲੱਗਣ ਲੱਗ ਜਾਂਦਾ ਕਿ ਇਹ ਹੁਣ ਝੂਠ ਆ ਰਿਹਾ, ਅਤੇ ਇੰਗੇਜ ਕਰਨਾ ਬੰਦ ਕਰ ਦਿਓ ਉਹਦੇ 'ਤੇ, ਅਵੋਇਡ ਕਰੋ, ਮਤਲਬ ਉਹਨਾਂ ਨੂੰ ਹੋਰ ਹਵਾ ਨਾ ਦਿਓ ਉਸ ਝੂਠ ਨੂੰ। ਸੋ ਕਹਿੰਦੇ ਕਿ ਉਹਦੇ ਵਿੱਚ ਕਨਵਰਸੇਸ਼ਨ ਦੇ ਵਿੱਚ ਸਿੱਧਾ ਹੀ ਕਹੋ ਕਿ ਓਕੇ ਨਾਓ ਅਗੈਨ ਇਟ ਇਜ਼ ਕਮਿੰਗ, ਜ਼ਿਆਦਾ ਤੋਂ ਜ਼ਿਆਦਾ ਇੱਥੇ ਆ ਜਾਏਗੀ ਗੱਲ। ਸੋ ਇੰਪੋਰਟੈਂਟ ਇਹ ਹੈ ਕਿ ਵਿਦਆਊਟ ਮੈਡੀਕਲ ਹੈਲਪ ਸ਼ਾਇਦ ਤੁਹਾਡੇ ਤੋਂ ਨਾ ਹੋਏ, ਸੋ ਜ਼ਰੂਰ ਆਪਣੇ ਕਿਸੇ ਮੈਡੀਕਲ ਪ੍ਰੋਫੈਸ਼ਨਲ, ਸਾਈਕੈਟ੍ਰਿਸਟ, ਸਾਈਕੋਲੋਜਿਸਟ ਨਾਲ ਕੰਸਲਟ ਕਰੋ, ਡਿਪੈਂਡਿੰਗ ਕਿ ਤੁਹਾਡੀ ਕਿੰਨੀ ਕੁ ਐਕਸਟ੍ਰੀਮ ਹੈ, ਤੁਹਾਡੇ ਲਵਡ ਵਨ ਦੀ ਨਾ ਕਿੰਨਾ ਜ਼ਿਆਦਾ ਕਰ ਰਹੇ ਹੈ। ਸੋ ਇੱਕ ਜੈਨੂਇਨ ਕੰਸਰਨ ਆਫ ਵੈਲਬੀਂਗ ਜਦੋਂ ਦਿਖਾਓਗੇ ਨਾ, ਰਾਦਰ ਦੈਨ ਕਿ ਤੁਸੀਂ ਉਹਨਾਂ ਨੂੰ ਗਿਲਟੀ ਪ੍ਰੂਵ ਕਰਨਾ ਹੈ, ਤੁਹਾਨੂੰ ਸ਼ੇਮ ਪ੍ਰੂਵ ਕਰਨੀ ਹੈ, ਐਮਬੈਰਸ ਕਰਨਾ ਹੈ ਕਿ ਪਹਿਲੇ ਤੂੰ ਮੰਨ ਜਾ ਕੇ ਤੂੰ ਝੂਠਾ ਹੈ, ਉਹਨੂੰ ਹਟ ਕੇ ਅਗਰ ਤੁਹਾਡਾ ਜੈਨੂਇਨ ਕੰਸਰਨ ਹੋਏਗਾ, ਤਾਂ ਇਹਨਾਂ ਦਾ ਕਹਿਣਾ ਕਿ ਡੈਫੀਨੇਟਲੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ। ਜਿਵੇਂ ਅਸੀਂ ਸਾਰੇ ਪਹਿਲੇ ਵੀ ਗੱਲ ਕਰ ਰਹੇ ਹਾਂ ਨਾ, ਤਾਂ ਹੀ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਮੈਂ ਟਿਪਸ ਬਾਝ ਦਾਂਗੀ, ਪਹਿਲੇ ਤੁਸੀਂ ਆਪ ਉਸ 'ਚੋਂ ਨਿਕਲ ਕੇ ਦੇਖੋ, ਯਾਦ ਕਰਕੇ ਦੇਖੋ ਕਿ ਸਾਡੀ ਜ਼ਿੰਦਗੀ 'ਚ ਪਹਿਲੇ ਕੌਣ ਐਸੇ ਬੰਦੇ ਆਏ, ਔਰ ਜਿਵੇਂ ਗੁਰਦੀਪ ਜੀ ਨੇ ਕਿਹਾ, ਮਨੀ ਜੀ ਨੇ ਕਿਹਾ ਕਿ ਹੁੰਦਾ ਨਹੀਂ, ਬੜਾ ਮੁਸ਼ਕਿਲ ਚੇਂਜ ਹੋਣਾ, ਪਰ ਉਹਨਾਂ ਦਾ ਕਹਿਣਾ ਕਿ ਚੇਂਜ ਹੋ ਸਕਦਾ ਹੈ, ਬਹੁਤ ਇਹਨਾਂ ਦੀ ਆਪਣੀ ਆਪ ਬੀਤੀ ਹੈ ਇਸ ਪਿੱਛੇ, ਵੀ ਹੈਵ ਟੂ ਟਰੱਸਟ ਹਰ, ਪਰ ਤੁਹਾਨੂੰ ਕਰਨਾ ਕੀ ਪਏਗਾ। ਸੋ ਉਹ ਟਿਪਸ ਹੈ ਜਿਵੇਂ ਦੇ ਰਹੇ ਹੈ। ਸੋ ਸੇਟ ਮਾਈਟ ਬੀ ਦੈਟ ਯੂ ਆਰ ਨੋਟ ਐਟ ਫੋਲਟ, ਕਹਿੰਦੇ ਕਿ ਇਹ ਥੋੜ੍ਹਾ ਜਿਹਾ ਡਾਈਸੀ ਹੈ ਪੁਆਇੰਟ, ਕਿ ਅਗਰ ਉਹਨਾਂ ਨੂੰ ਕਹੋ ਕਿ ਹੋ ਸਕਦਾ ਤੁਹਾਡੀ ਗਲਤੀ ਨਹੀਂ ਹੈ, ਕਹਿੰਦੇ ਮੇਰੇ ਹਸਬੈਂਡ ਨਾਲ ਤਾਂ ਇਹ ਬਹੁਤ ਕੰਮ ਕੀਤਾ, ਬਟ ਡਾਕਟਰ ਇਸ ਚੀਜ਼ 'ਚ ਐਪਰੀਹੈਂਸਿਵ ਸੀ, ਮਤਲਬ ਥੋੜ੍ਹਾ ਜਿਹਾ ਡਰਦਾ ਸੀ ਕਿ ਕਹਿੰਦੇ ਕਿਸੇ ਕੇਸ ਦੇ ਵਿੱਚ ਅਗਰ ਤੁਸੀਂ ਕਹੋ ਨਾ ਕਿ ਤੇਰੀ ਗਲਤੀ ਨਹੀਂ ਹੈ, ਤਾਂ ਉਹ ਹੋਰ ਮੈਨੂਪਲੇਟ ਕਰੀ ਜਾਂਦੇ,
ਉਹ ਹੋਰ ਯੂਜ਼ ਕਰਨਗੇ ਉਹਨੂੰ ਕਿ ਮੇਰੀ ਤਾਂ ਗਲਤੀ ਨਹੀਂ ਹੈ, ਉਹ ਵੀ ਇਹਦਾ ਵੀ ਐਕਸਕਿਊਜ਼ ਬਣਾ ਲੈਣਗੇ। ਪਰ ਉਹ ਦੇਖਣਾ ਪਏਗਾ ਤੁਹਾਨੂੰ ਕਿ ਤੁਸੀਂ ਉਹ ਚੀਜ਼ ਪਰ ਕਹਿੰਦੇ ਮੇਰੇ ਹਸਬੈਂਡ ਨਾਲ ਇਹ ਚੀਜ਼, ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੇਰੀ ਗਲਤੀ ਨਹੀਂ ਹੈ, ਉਹਨਾਂ ਦਾ ਉਹ ਜਿਹੜਾ ਹੈ ਨਾ ਉਹ ਆਪਣੀ ਵਿਲ, ਜਿਵੇਂ ਮਨੀ ਜੀ ਨੇ ਕਿਹਾ ਸੀ ਕਿ ਜਦੋਂ ਵੀ ਆਪਣੀ ਵਿਲ ਨਾਲ ਨਾ ਹੋਏ ਤਾਂ ਚੇਂਜਸ ਨਹੀਂ ਆਉਂਦੇ, ਅਤੇ ਇਹਨਾਂ ਦੇ ਹਸਬੈਂਡ 'ਚ ਉਹ ਆਪਣੀ ਵਿਲ ਆ ਗਈ ਕਿ ਮੈਂ ਚੇਂਜ ਹੋਣਾ। ਸੋ ਦ ਮੂਮੈਂਟ ਕਹਿੰਦੇ ਉਹਨਾਂ ਦੀ ਆਦਤ ਦੇ ਮਜ਼ਬੂਰ ਦੂਜਾ ਝੂਠ ਨਿਕਲਦਾ ਸੀ, ਅਤੇ ਮੈਂ ਕਹਿੰਦੀ ਸੀ ਕਿ ਓਕੇ ਅਗੇਨ ਇਟਸ ਕਮਿੰਗ, ਅਤੇ ਮੈਂ ਇੰਗੇਜ ਨਹੀਂ ਹੁੰਦੀ ਸੀ, ਅਤੇ ਉਹ ਉਸੇ ਵੇਲੇ ਬੰਦ ਕਰ ਦਿੰਦੇ ਸੀ ਕਿ ਨਹੀਂ ਹਾਂ ਠੀਕ ਹੈ ਨਹੀਂ 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 ਬਈ ਮੈਂ ਨਹੀਂ ਕਰਦਾ ਇੰਝ। ਸੋ ਨਾਲ ਹੀ ਬੜੇ ਇੰਪੋਰਟੈਂਟ ਪੁਆਇੰਟਸ ਇਹ ਹੈ ਕਿ ਅਗਰ ਬੱਚਾ ਝੂਠ ਬੋਲਦਾ, ਔਰ ਬਹੁਤ ਵਾਰੀ ਬੱਚਾ ਝੂਠ ਬੋਲੇਗਾ, ਤਕਰੀਬਨ ਸਾਰੇ ਬੱਚੇ, ਔਰ ਮੈਨੂੰ ਇੱਕ ਯਾਦ ਹੈ ਕਿ ਮੇਰੀ ਸਿਸਟਰ ਜਿਹੜੀ 16-17 ਈਅਰਸ ਓਲਡ, ਐਨੀ ਕਿ ਸਾਰੇ ਸਭ ਨੇ ਬੋਲੇ ਹੋਏ, ਕੋਈ ਇੱਕ ਇੰਸੀਡੈਂਟ ਇਸ ਪਿੱਛੇ ਨਹੀਂ ਯਾਦ ਕਿਉਂਕਿ ਇਸ ਇੱਕੋ ਹੀ ਝੂਠ ਦਾ ਇੰਸੀਡੈਂਟ ਹੈ ਫੈਮਿਲੀ 'ਚ, ਨਹੀਂ ਬਟ ਇੱਕ ਇਹ ਯਾਦ ਹੈ ਕਿ ਬਚਪਨੇ ਦੇ ਵਿੱਚ ਝੂਠ ਕਿਸ ਤਰ੍ਹਾਂ ਬੋਲਿਆ ਜਾਂਦਾ। ਔਰ ਮੋਮ ਯੂਜ਼ ਟੂ ਟੈਲ ਮੀ ਕਿ ਦੀਦੀ ਵੁੱਡ ਸੇ ਕਿ ਬੜੀ ਮਿੱਠੇ ਦੀ ਸ਼ੌਕੀਨ ਸੀ ਉਹ, ਅਤੇ ਬਰਫੀ ਹੱਥ ਵਿੱਚ ਫੜੀ ਹੋਈ ਹੈ, ਪਿੱਛੇ ਹੱਥ ਕਰ ਰਹੀ ਹੈ, ਔਰ ਕਿਉਂਕਿ ਤੂੰ ਬਰਫੀ ਖਾ ਰਹੀ ਹੈ, ਨਹੀਂ ਖਾ ਰਹੀ। ਸੋ ਕਿਡਸ ਡੋਂਟ ਅੰਡਰਸਟੈਂਡ ਦੈਟ। ਸੋ ਉਹਦੇ ਵਿੱਚ ਗੁੱਸੇ ਹੋਣ ਨੂੰ ਜਾਂ ਪਨਿਸ਼ ਕਰਨ ਨੂੰ ਨਹੀਂ ਸੋਚੋ, ਡਿਪੈਂਡਿੰਗ ਔਨ ਦਾ ਏਜ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਨਾ। ਸੋ ਇਹ ਕੋਈ ਬੱਚਿਆਂ ਦੀ ਡਿਸਿਪਲਿਨਰੀ ਐਕਸ਼ਨ ਕਹਿੰਦੇ ਨਹੀਂ ਰਿਕਮੈਂਡਡ ਹੈ, ਉਹਨੂੰ ਕਿਵੇਂ ਹੈ ਕਿ ਹਾਂ ਨਹੀਂ ਇਹ ਨਹੀਂ ਬੋਲਣਾ, ਪਰ ਉਹਦੇ ਉਸੇ ਵੇਲੇ ਤੁਸੀਂ ਉਹਨੂੰ ਆਲਟਰਨੇਟ ਦੱਸ ਦਿੰਦੇ ਹੋ, ਜਾਂ ਡਿਪੈਂਡਿੰਗ ਔਨ ਦਾ ਏਜ ਜਾਂ ਸਿਚੁਏਸ਼ਨ ਬਾਅਦ ਵਿੱਚ ਦਿੰਦੇ ਹੋ ਵੀ ਇਹ ਕਹਿਣ ਦੀ ਜਗ੍ਹਾ ਤੁਸੀਂ ਇਹ ਕਹਿਣਾ ਸੀ, ਆਲਟਰਨੇਟਸ ਦੱਸਣੇ ਹੈ। ਉਹ ਬੱਚੇ ਜਿਹੜੇ ਕਿ ਬਹੁਤ ਸਟ੍ਰਿਕਟ ਪੇਰੈਂਟਸ ਹੈ, ਉਹ ਕਈ ਵਾਰੀ ਜ਼ਿਆਦਾ ਝੂਠ ਬੋਲਦੇ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਸੱਚ ਬੋਲਿਆ ਤਾਂ ਮਾਰ ਪਏਗੀ, ਜੇ ਸੱਚ ਬੋਲਿਆ ਤਾਂ ਪਤਾ ਨਹੀਂ ਉਹਦਾ ਪਨਿਸ਼ਮੈਂਟ ਕੀ ਹੋਏਗੀ। ਸੋ ਥੋੜ੍ਹਾ ਜਿਹਾ ਲੀਨੀਅੰਟ ਵੀ ਹੋਣਾ, ਬਟ ਉਹਦੇ ਇਲਾਵਾ ਤੁਸੀਂ ਆਲਟਰਨੇਟ ਦੇਣੇ ਉਹਨਾਂ ਨੂੰ ਕਿ ਨਹੀਂ ਇੰਝ ਨਹੀਂ ਕਹਿਣਾ ਸੀ, ਮੈਨੂੰ ਤਾਂ ਆਪ ਬੜੀ ਅੱਛੀ ਲੱਗਦੀ ਹੈ, ਮੈਨੂੰ ਵੀ ਦੇ ਥੋੜ੍ਹੀ ਜੀ, ਯੂ ਨੋ ਦੈਟ ਕਾਇੰਡ ਆਫ ਥਿੰਗ। ਸੋ ਦੂਸਰੀ ਕਹਿੰਦੇ ਨੇ ਕਿ ਬੱਚਿਆਂ ਦੇ ਹਿਸਾਬ ਨਾਲ ਵੀ ਪਲੀਜ਼ ਡੋਂਟ ਫੋਕਸ ਔਨ ਸ਼ੇਮਿੰਗ। ਉਸ ਵੇਲੇ ਤੁਸੀਂ ਅਗਰ ਬੱਚੇ ਨੂੰ, ਜਿਵੇਂ ਬਿਲਕੁਲ ਸੁਦਰਸ਼ਨ ਜੀ ਨੇ ਕਿਹਾ ਕਿ ਬੱਚੇ ਨੂੰ ਉਸ ਵੇਲੇ ਇਹ ਨਾ ਪ੍ਰੂਵ ਕਰਕੇ ਦਿਖਾਓ ਕਿ ਤੂੰ ਝੂਠ ਹੈ, ਝੂਠ ਵਰਡ ਹੀ ਬੜਾ ਡਿਮੀਨਿੰਗ ਹੈ ਵਰਡ, ਕਿਸੇ ਤਰ੍ਹਾਂ ਕਲਚਰਲੀ ਇਹ ਵਰਡ ਇਸ ਤਰ੍ਹਾਂ ਬਣ ਗਿਆ, ਲਾਇਰ ਲਾਏ, ਉਹ ਕਿਸੇ ਨੂੰ ਅੱਛਾ ਨਹੀਂ ਲੱਗਦਾ, ਭਾਵੇਂ ਆਪਣੇ ਵਾਸਤੇ ਭਾਵੇਂ ਕਿਸੇ ਹੋਰ ਵਾਸਤੇ। ਸੋ ਡੋਂਟ ਸੇ ਦੈਟ ਕਿ ਤੁਸੀਂ ਝੂਠ ਬੋਲ ਰਹੇ ਹੋ, ਸ਼ੋ ਹਿਮ ਡਿਫਰੈਂਟ ਆਲਟਰਨੇਟਿਵਸ ਐਂਡ ਰਿਮੈਂਬਰ ਹੀ ਡਿਡਨਟ ਥਿੰਕ। ਕਹਿੰਦੇ ਕਿ ਨਾਲ ਤੁਹਾਨੂੰ ਗੁੱਸਾ ਤਾਂ ਵੀ ਆਉਂਦਾ, ਬੱਚੇ ਨੇ ਇੰਝ ਕਿਵੇਂ ਬੋਲਤਾ, ਥੋੜ੍ਹਾ ਵੱਡਾ ਵੀ ਹੁੰਦਾ ਤਾਂ ਕੋ ਬਿਨਾਂ ਸੋਚੇ ਬੋਲਿਆ, ਕਿਉਂਕਿ ਉਹ ਬੱਚਾ ਇਸ ਪਿੱਛੇ ਬੋਲਿਆ। ਸੋ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਇਹਨਾਂ ਨੇ ਵੀ ਕਿਹਾ, ਸੁਦਰਸ਼ਨ ਜੀ ਨੇ ਵੀ ਕਿਹਾ ਕਿ ਥੋੜ੍ਹਾ ਇਗਨੋਰ ਕਰੋ, ਬਾਅਦ ਵਿੱਚ ਸਮਝਾ ਦਿਉ ਕਿ ਇੰਝ ਨਹੀਂ, ਅਤੇ ਯੂ ਨੋ ਕੋਈ ਹਰਜ ਨਹੀਂ ਹੈ, ਜੇ ਤੂੰ ਮੈਨੂੰ ਇਹਨੇ ਦੱਸਦਾ ਸੀ ਤਾਂ ਮੈਂ ਤਾਂ ਆਪ ਨਾਲ ਹੀ ਤੇਰੇ ਖਾਣ ਲੱਗ ਜਾਣਾ ਸੀ, ਜਾਂ ਡਿਪੈਂਡਿੰਗ। ਸੋ ਕਹਿਣ ਦਾ ਭਾਵ ਹੈ ਕਿ ਬਚਪਨ ਤੋਂ ਉਹਨੂੰ ਗੱਲ ਨੂੰ ਇਗਨੋਰ ਬਿਲਕੁਲ ਨਾ ਕਰੋ ਕਿ ਹਾਂ ਇੰਝ ਹੀ ਬੋਲਦਾ ਹੈ ਜਾਂ ਉਹਦੇ ਸਾਹਮਣੇ ਇਹ ਝੂਠ ਬੋਲਦਾ ਹੈ, ਉਹ ਆਪਣੇ ਆਪ ਨੂੰ ਉਹ ਫਿਰ ਬਣਾ ਲਏਗਾ ਕਿ ਹਾਂ ਮੈਂ ਝੂਠ ਬੋਲਦਾ, ਔਰ ਫਿਰ ਹੋਰ ਨਵੇਂ ਘੜੇਗਾ। ਸੋ ਨਾ ਤਾਂ ਖੁਸ਼ ਹੋਵੋ ਉਹਦੇ ਬੋਲਣ 'ਤੇ, ਨਾ ਹੀ ਬਹੁਤ ਜ਼ਿਆਦਾ ਪਨਿਸ਼ਮੈਂਟ ਜਾਂ ਕੋਈ ਇਸ ਤਰ੍ਹਾਂ ਦਾ ਦਿਉ। ਸੋ ਇੱਕ ਮੀਡੀਓਕਰ ਜਾਂ ਇਗਨੋਰਿੰਗ ਕਿ ਤਾਂ ਉਹ ਰੀਇਨਫੋਰਸ ਨਹੀਂ ਹੁੰਦਾ ਉਹ ਬਿਹੇਵੀਅਰ। ਸੋ ਆਈ ਵੁੱਡ ਰੀਅਲੀ ਸੇ ਭਾਵੇਂ ਅੱਜ ਕਾਲਸ ਘੱਟ ਆਈਆਂ, ਬਿਕੋਜ਼ ਸ਼ੋ ਡੈਫੀਨੇਟਲੀ ਇਹ ਬੜਾ ਜ਼ਰੂਰੀ ਹੈ ਕਿ ਕਈ ਵਾਰੀ ਤੁਹਾਨੂੰ ਕੋਈ ਚੀਜ਼, ਜ਼ਰੂਰੀ ਨਹੀਂ ਕਿ ਇਸ ਐਕਸਟ੍ਰੀਮ ਦੇ ਵਿੱਚ ਕਿਸੇ ਦਾ ਲਵਡ ਵਨ ਹੋਏ ਜਿਹੜਾ ਬੋਲ ਰਿਹਾ ਹੋਏ, ਜਿਹੜਾ ਇਹਨਾਂ ਦੇ ਹਸਬੈਂਡ ਹੈ ਉਹ ਤਾਂ ਬਹੁਤ ਜ਼ਿਆਦਾ ਝੂਠ ਦੇ ਬੋਲ ਰਿਹਾ, ਮਤਲਬ ਉਹਨਾਂ ਨੇ ਜਿਹੜੀਆਂ ਸਟੋਰੀਜ਼ ਦੱਸੀਆਂ, ਆਈ ਵਾਜ਼ ਲਾਈਕ ਓ ਮਾਈ ਗੋਡ ਰੀਅਲੀ, ਐਂਡ ਹਾਊ ਡੂ ਯੂ ਫੇਸ ਇਟ, ਤੁਸੀਂ ਯੋ ਸਿੰਪਥੀ ਗੋਜ਼ ਟੂ ਦਾ ਵਾਈਫ ਕਿ ਹਾਏ ਫਿਰ ਤੁਸੀਂ ਕਿਸ ਤਰ੍ਹਾਂ ਕਰਦੇ ਸੀ ਇੰਨਾ ਵੱਡਾ ਝੂਠ ਬੋਲ ਕੇ, ਬੰਦੇ ਨੂੰ ਲੱਗਦਾ ਹੋਣਾ ਟਰੱਸਟ ਇਸ਼ੂ ਤਾਂ ਟੁੱਟੇਗਾ ਹੀ। ਸੋ ਟਰੱਸਟ ਤਾਂ ਟੁੱਟੇਗਾ ਹੀ ਬੰਦੇ ਨਾਲ, ਬਟ ਫਿਰ ਵੀ ਕੋਈ ਥੋੜ੍ਹਾ ਬਹੁਤਾ ਵੀ ਬੋਲਦਾ ਹੈ, ਵੈਲਿਊਜ਼ ਡਿਫਰੈਂਟ ਹੋਣ ਕਰਕੇ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਬੁਰਾ ਲੱਗ ਜਾਂਦਾ ਕਿ ਨਹੀਂ ਮੈਂ ਨਹੀਂ ਇੰਝ ਕਰਦੀ, ਤੂੰ ਕਿਉਂ ਕਰਦਾ ਹੈ ਜਾਂ ਤੁਸੀਂ ਕਿਉਂ ਕਰਦੇ ਹੋ, ਯੂ ਨੋ, ਜਾਂ ਬੱਚਾ ਮਾਂ ਹੋਏ ਤਾਂ ਡਰ ਹੀ ਫੀਅਰ ਜਿਵੇਂ ਇੰਨਾ ਜ਼ਿਆਦਾ ਤੁਹਾਨੂੰ ਉਹਨਾਂ ਨੂੰ ਗੁੱਸਾ ਆ ਜਾਏ ਬੱਚੇ 'ਤੇ ਕਿ ਹਾਏ ਇਹ ਕਿਵੇਂ ਬੋਲਦਾ, ਸਾਡੇ ਘਰ 'ਚ ਤਾਂ ਕਦੀ ਇੰਝ ਹੋਇਆ ਨਹੀਂ। ਨਹੀਂ, ਟੈਂਪਰ ਸਾਈਡ 'ਤੇ ਕਰਕੇ, ਇਟਸ ਨੋਟ ਅਬਾਊਟ ਯੂ, ਯੂ ਨੋ, ਆਪਣੇ ਆਪ 'ਤੇ ਕੰਟਰੋਲ ਕਰਕੇ ਫਿਰ ਤੁਸੀਂ ਕਿਸ ਤਰ੍ਹਾਂ ਉਹਨੂੰ ਸ਼ੇਮ ਗਿਲਟ ਵਿੱਚ ਨਾ ਪਾ ਕੇ ਕਿਸ ਤਰ੍ਹਾਂ ਤੁਸੀਂ ਉਹਨੂੰ ਸਪੋਰਟ ਕਰਕੇ ਉਸ ਚੀਜ਼ 'ਚੋਂ ਘਟਾ ਸਕਦੇ ਹੋ। ਐਸੀ ਇਹੀ ਇੱਕ ਤਰੀਕਾ ਹੈ ਜਿਹਦੇ 'ਚ ਬੱਚੇ ਵੀ ਜ਼ਿਆਦਾ ਨਹੀਂ ਬੋਲਣਗੇ, ਔਰ ਕੋਈ ਅਡਲਟ ਅਗਰ ਬੋਲ ਰਿਹਾ ਤਾਂ ਉਹ ਕਿਵੇਂ ਘੱਟ ਸਕਦਾ ਔਰ ਪਹਿਚਾਣ ਸਕਦਾ ਕਿ ਇਹਦਾ ਕੋਈ ਫਾਇਦਾ ਨਹੀਂ, ਕੋਈ ਬੈਨੀਫਿਟ ਨਹੀਂ ਹੈਗਾ। ਸੋ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ, ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।